ਸਤਿ ਸ਼੍ਰੀ ਅਕਾਲ ਲੋਕ ਰਣ ਪੰਜਾਬੀ ਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਹਰ ਵਾਰ ਦੀ ਤਰ੍ਹਾਂ ਡਾਕਟਰ ਹਰਵਿੰਦਰ ਸਿੰਘ ਪੱਟੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਪੰਗੂ ਸਾਹਿਬ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਨਸ਼ੇ ਦੇ ਉੱਪਰ ਅੱਜ ਫਿਰ ਇੱਕ ਵਾਰੀ ਆਪਾਂ ਗੱਲਬਾਤ ਕਰ ਰਹੇ ਹਾਂ ਪਹਿਲਾਂ ਵੀ ਆਪਾਂ ਨੇ ਕਈ ਵਾਰ ਗੱਲਬਾਤ ਕੀਤੀ ਹੈ ਨਸ਼ੇ ਵਾਲੇ ਮਾਮਲੇ ਦੇ ਉੱਪਰ ਨਸ਼ਾ ਪੰਜਾਬ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਹੱਦੋਂ ਵੱਧ ਗਿਆ ਹੈ ਨੱਕ ਵੱਧ ਗਿਆ ਹੱਦੋਂ ਕਿ ਜਾਨਾਂ ਲੈਣ ਦੇ ਉੱਪਰ ਉਤਾਰੂ ਹੋ ਗਿਆ ਹੁਣ ਪੰਜਾਬ ਦੇ ਵਿੱਚ ਇੱਕ ਲੋਕ ਲਹਿਰ ਉਤਪੰਨ ਹੋ ਰਹੀ ਆ ਲੋਕ ਖੁਦ ਅੱਗੇ ਆ ਰਹੇ ਨੇ ਪਿੰਡਾਂ ਦੇ ਵਿੱਚ ਠਿੱਕਰੀ ਪੈ ਰਹੇ ਜਿਹੜੇ ਹੈਗੇ ਨੇ ਲੱਗ ਰਹੇ ਨੇ ਬੀਬੀਆਂ ਖੁਦ ਹੱਥਾਂ ਦੇ ਵਿੱਚ ਉਹ ਡੰਡੇ ਸੋਟੀਆਂ ਫੜ ਕੇ ਖੜ ਰਹੀਆਂ ਨੇ ਕਿ ਅਸੀਂ ਆਪਣੇ ਪਿੰਡ ਬਚਾਵਾਂਗੇ ਪਿੱਛੇ ਜੋ ਗੁਰਾਂ ਜਥੇਵੰਦ ਦਾ ਪ੍ਰੋਗਰਾਮ ਸੀ ਹੋਰ ਜਿਹੜੀ ਸੁਵਿਰਤ ਜਨਤਕ ਜਥੇਵੰਦੀਆਂ ਨੇ ਡਾਕਟਰ ਸਾਹਿਬ ਉਹ ਵੀ ਮੈਦਾਨ ਦੇ ਵਿੱਚ ਆਈਆਂ ਸੋ ਅੱਜ ਜਿਹੜੀ ਸਿਚੁਏਸ਼ਨ ਡਾਕਟਰ ਸਾਹਿਬ ਬਣ ਰਹੀ ਹੈ ਤੁਸੀਂ ਖਾਸ ਕਰਕੇ ਸੋਸ਼ਲ ਸਟਡੀ ਰਹੀ ਹੈ ਤੁਹਾਡੀ ਸਮਾਜ ਨੂੰ ਤੁਸੀਂ ਬੜਾ ਨੇੜੇ ਤੋਂ ਸਮਝਿਆ ਅਕੈਡੈਮਿਕ ਅਪਰੋਚ ਰਹੀ ਵੀ ਵੇਖਿਆ ਇੱਕ ਆਮ ਇਨਸਾਨ ਦੀ ਅਪਰੋਚ ਰਹੀ ਵੀ ਸਾਰੇ ਮਾਮਲੇ ਨੂੰ ਦੇਖਿਆ ਜੋ ਅੱਜ ਨਸ਼ੇ ਦੇ ਜਿਹੜੇ ਹਾਲਾਤ ਨੇ ਜਾਂ ਨਸ਼ੇ ਦੇ ਉੱਪਰ ਹੁਣ ਲੋਕ ਲਹਿਰਾਂ ਆ ਦਾ ਜਨਤਾ ਦਾ ਉੱਠਣਾ ਡਾਕਟਰ ਸਾਹਿਬ ਇਸ ਨੂੰ ਆਪਾਂ ਕਿਹਨਾਂ ਅਰਥਾਂ ਦੇ ਵਿੱਚ ਇਹਨਾਂ ਗੱਲਾਂ ਲੈ ਸਕਦੇ ਹਾਂ ਜੀ ਉੰਗਸਾ ਸੰਕਟ ਅਸਲ ਚ ਵੱਡਾ ਹੈ ਤੇ ਰਿਸਪੌਂਸ ਜਿਹੜਾ ਹੈ ਜਿਹੜੇ ਪਹਿਲੇ ਦਾ ਰਿਸਪੌਂਸ ਦੇਣ ਵਾਲੀਆਂ ਜਿਹੜੀਆਂ ਮਦਦ ਇੰਸਟੀਚਿਊਸ਼ਨਸ ਸੀ ਉਹ ਫੇਲ ਹੋ ਗਈਆਂ ਉਹ ਰਲ ਗਈਆਂ ਗਵਰਨਮੈਂਟਾਂ ਨੇ ਨਸ਼ਾ ਰੋਕਣ ਦੀ ਬਜਾਏ ਬਿਜ਼ਨਸ ਬਣਾ ਲਿਆ ਮਾਰਕੀਟ ਦਾ ਬਹੁਤ ਵੱਡਾ ਇੰਟਰਸਟ ਹੋ ਗਿਆ ਕਿਉਂਕਿ ਸਿੰਥੈਟਿਕ ਡਰੱਗਸ ਆ ਗਈਆਂ ਪਹਿਲਾਂ ਫੀਮ ਹੁੰਦੀ ਸੀ ਡੋਡੇ ਹੁੰਦੇ ਸੀ ਭੁੱਕੀ ਹੁੰਦੀ ਸੀ ਹੁਣ ਜਿਹੜੀ ਸਿੰਥੈਟਿਕ ਡਰੱਗਸ ਨੇ ਉਹ ਫੈਕਟਰੀਆਂ ਚ ਬਣਦੀਆਂ ਨੇ ਉਹਨਾਂ ਨੂੰ ਬਕਾਇਦਾ ਸਪਲਾਈ ਕਰਨ ਦੀ ਚੇਨ ਹੈ ਅਰ ਜਿਹੜਾ ਵਰਲਡ ਦਾ ਫਾਰਮਾਸੋਟੀਕਲ Empire ਹੈ ਇਹ ਉਹਦਾ ਅੰਡਰ ਬੈਲੀ ਹੈ ਆਪਾਂ ਇਹਨੂੰ ਅਸਲ 'ਚ ਇਹਦੇ ਨਾਲੋਂ ਤੋੜ ਕੇ ਨਹੀਂ ਦੇਖ ਸਕਦੇ ਦੂਜੀ ਚੀਜ਼ ਜਿਹੜੀ ਮੈਂ ਦੇਖ ਰਿਹਾ ਸੀ ਜਿਸ ਤਰ੍ਹਾਂ ਵਰਲਡ ਲੈਵਲ ਦੇ ਉੱਪਰ ਚਲੋ ਐਸਕੋਬਾਰ ਵਗੈਰਾ ਵੱਡੇ ਵੱਡੇ ਡਰੱਗ ਕਾਰਟਲਸ ਬਣਿਆ ਉਹਨਾਂ ਨੂੰ ਜੇ ਮੈਂ ਡੀਲ ਕਰਿਆ ਯੂਐਸਏ ਨੇ ਜਾਂ ਹੋਰ ਮੁਲਖਾਂ ਨੇ ਉਹਦੇ ਤੋਂ ਵੀ ਇੱਕ ਸਬਕ ਸਿੱਖਣ ਵਾਲੀ ਗੱਲ ਹੈ ਕਿ ਯੂਥ ਹੈ ਜਿਹੜਾ ਅਸਲ ਦੇ ਵਿੱਚ ਉਹਨੂੰ ਇੰਟੀਗ੍ਰੇਟ ਨਹੀਂ ਕਰ ਰਹੀ ਸੋਸਾਇਟੀ ਤੇ ਜਿਹੜੀ ਮਤਲਬ ਇਕਨੋਮੀ ਹੈ ਸਾਡੀ ਬੇਰਜਗਰੀ ਹੋ ਰਹੀ ਹੈ ਜਿਆਦਾ ਟੈਕਨੋਲੋਜੀ ਵਧ ਰਹੀ ਹੈ ਹੁਣ ਤੁਸੀਂ ਦੇਖੋ ਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਆਉਣ ਦੇ ਨਾਲ ਜਿਹੜੇ ਹਾਲੀਵੁੱਡ ਦੇ ਐਕਟਰਸ ਨੇ ਉਹਨਾਂ ਚ ਵੀ ਪੈਨਿਕ ਫੈਲੀ ਹੋਈ ਹੈ ਮਤਲਬ ਜਿੱਧਰਲੇ ਪਾਸੇ ਨੂੰ ਸਾਡੀ ਸਿਵਲਾਈਜੇਸ਼ਨ ਜਾ ਰਹੀ ਹੈ ਇੰਡਸਟਰੀਅਲ ਉਹਦੇ ਚ ਬੰਦੇ ਦੀ ਲੋੜ ਨਹੀਂ ਹੈ ਕੁਝ ਕੰਟਰੋਲ ਦੀ ਜਿਆਦਾ ਜ਼ਰੂਰਤ ਬਣਦੀ ਜਾ ਰਹੀ ਹੈ ਔਰ ਉਹਦੇ ਚ ਉਹ ਨਸ਼ੇ ਨੂੰ ਵੀ ਕੰਟਰੋਲ ਕਰ ਰਹੇ ਨੇ ਇਸ ਕਰਕੇ ਸਾਡਾ ਰੌਲਾ ਜਿੰਨਾ ਵੀ ਪੈ ਰਿਹਾ ਹੈ ਜਿੰਨੀਆਂ ਐਨ ਜੀਓਜ਼ ਬੜੀ ਅੱਛੀ ਗੱਲ ਹੈ ਬਹੁਤ ਸਿਹਰਦ ਬੰਦੇ ਆ ਰਹੇ ਨੇ ਕੋਈ ਡਾਊਟ ਨਹੀਂ ਹੈ ਕਮੇਟੀਆਂ ਬਣ ਗਈਆਂ ਕਿੱਕਰੀ ਪਹਿਰੇ ਲੱਗ ਰਹੇ ਨੇ ਇਹ ਸਾਰਾ ਜੋਰ ਹੈ ਪ੍ਰੀਵੈਂਸ਼ਨ ਤੇ ਕਿ ਨਸ਼ਾ ਨਾ ਆਵੇ ਪਰ ਨਸ਼ਾ ਜਿਹੜਾ ਕਰਦਾ ਹੈ ਉਹਦੇ ਉੱਪਰ ਫੋਕਸ ਨਹੀਂ ਹੈ ਉਹਨੂੰ ਸਿਰਫ ਕਹਿੰਦੇ ਜੀ ਉਹਨੂੰ ਮਰੀਜ਼ ਸਮਝ ਲਓ ਉਹਨਾਂ ਨਾਲ ਸਿੰਪਥੀ ਕਰਦੇ ਹੋ ਅਸਲ ਵਿੱਚ ਕ੍ਰਾਈਸਿਸ ਤਾਂ ਮੈਂਟਲ ਹੈ ਮਤਲਬ ਜਿਹੜੇ ਅਸੀਂ ਵਿਕਾਸ ਦੀ ਦੌਰ ਦੇ ਵਿੱਚੋਂ ਲੰਘ ਰਹੇ ਹਾਂ ਜਿੱਥੇ ਅਸੀਂ ਪਹੁੰਚ ਗਏ ਆ ਇਹ ਜੇ ਸਪੀਸੀਜ਼ ਸਮਝਣ ਵਾਲੀ ਗੱਲ ਇਹ ਹੈ ਕਿ ਸਾਡੇ ਸਰੀਰ ਨਾਲੋਂ ਮਨ ਜ਼ਿਆਦਾ ਐਕਟਿਵ ਹੋ ਗਿਆ ਸਾਡੀ ਜਿਹੜੀ ਇੰਸਟੀਟਿਊਸ਼ਨਸ ਨੇ ਸਟੇਟ ਤੇ ਮਾਰਕੀਟ ਉਹ ਮਨ ਦੇ ਉੱਪਰ ਕਬਜ਼ੇ ਲਈ ਲੜ ਰਹੀਆਂ ਨੇ ਅੱਜ ਦੁਨੀਆ ਦੇ ਵਿੱਚ ਜੇ ਆਪਾਂ ਕਹੀਏ ਕਿ ਵਰਲਡ ਵਾਰ ਜੇ ਕੋਈ ਚੱਲ ਰਹੀ ਹੈ ਪਹਿਲਾਂ ਵਰਲਡ ਵਾਰਾਂ ਚੱਲਦੀਆਂ ਸੀਗੀਆਂ ਪਾਣੀ ਦੇ ਉੱਪਰ ਕਬਜ਼ਾ ਕਰਨ ਲਈ ਸਮੁੰਦਰ ਦੇ ਉੱਪਰ ਰਸਤੇਆਂ ਤੇ ਫਿਰ ਲੈਂਡ ਆਈ ਉਹਦੇ ਵਿੱਚ ਜੀ ਫਿਰ ਫਿਰ ਸਪੇਸ ਆਈ ਸਪੇਸ ਦੇ ਉੱਪਰ ਕਬਜ਼ਾ ਕੀਤਾ ਗਿਆ ਜਿਹੜੀਆਂ ਸੈਟੇਲਾਈਟਾਂ ਹੋਰ ਚੰ드ਰਾਯਨ ਜਿਹੜੇ ਚੱਲ ਰਹੇ ਨੇ ਉਹ ਸਾਡੀ ਸ਼ਕਤੀ ਦੇ ਪ੍ਰਦਰਸ਼ਨ ਸੀਗੇ ਪਰ ਜਿਹੜੀ ਅਸਲੀ ਵਾਰ ਹੁਣ ਚੱਲ ਰਹੀ ਹੈ ਉਹ ਮਾਈਂਡ ਮੈਂਟਲ ਸਪੇਸ ਤੇ ਕਬਜ਼ਾ ਕਰਨ ਦੇ ਲਈ ਹੈ ਤੁਸੀਂ ਕਿਤੇ ਵੀ ਖੋਲੋਗੇ ਆਪਾਂ ਇਹਦੇ ਤੇ ਇੱਕ ਪ੍ਰੋਗਰਾਮ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹਨੂੰ ਇਹ ਤੋਂ ਕਿਵੇਂ ਬਚਿਆ ਜਾਵੇ ਜਿਹੜਾ ਸੋਸ਼ਲ ਮੀਡੀਆ ਜਾਂ ਫੋਨ ਹੈ ਫੋਨ ਵੀ ਇੱਕ ਐਡਿਕਸ਼ਨ ਹੋ ਚੁੱਕਿਆ ਸਾਰਿਆਂ ਨੂੰ ਹੀ ਲਗਭਗ ਪ੍ਰੋਬਲਮ ਇਹ ਹੈ ਕਿ ਬੱਚੇ ਆਪਣੇ ਮਨ ਨੂੰ ਕਿਵੇਂ ਸੰਭਾਲਣ ਜਿਹੜਾ ਯੂਥ ਹੈ ਅਡੋਲਸੈਂਟ ਏਜ ਹੈ ਕੰਮ ਕੋਈ ਹੈ ਨਹੀਂ ਸਾਰੀ ਦਿਹਾੜੀ ਉਹਦੀ ਕੋਈ ਉਹਨਾਂ ਨੂੰ ਨਾ ਤਾਂ ਅਸੀਂ ਉਹਨਾਂ ਨੂੰ ਕੋਈ ਸੁਪਨਾ ਦੇ ਸਕਿਆ ਜਦੋਂ ਲਹਿਰਾਂ ਚੱਲਦੀਆਂ ਨੇ ਹੁਣ ਜਿਵੇਂ ਲਹਿਰ ਚੱਲ ਰਹੀ ਏ ਬਹੁਤ ਅੱਛੀ ਗੱਲ ਹੈ ਜਿਵੇਂ ਧਾਰਮਿਕ ਲਹਿਰਾਂ ਜਾਂ ਰੋਹਾਨੀ ਲਹਿਰਾਂ ਵੀ ਚੱਲਦੀਆਂ ਨੇ ਉਹ ਇੱਕ ਸੁਪਨਾ ਦੇ ਦਿੰਦੀਆਂ ਨੇ ਬੰਦੇ ਨੂੰ ਅਸੀਂ ਰੈ ਸਿੱਖ ਤੁਸੀਂ ਸੁਣਿਆ ਹੋਣਾ ਕਿ ਰੈ ਸਿੱਖ ਕਮਿਊਨਿਟੀ ਹੈ ਜਿਹੜੀ ਉਹ ਡਰ ਆਪਣੇ ਡਰਗ ਦੇ ਨਹੀਂ ਉਸ ਟਾਈਮ दारू ਦੇ ਪੈਡਲਰਸ ਦੇ ਤੌਰ ਤੇ ਬੂਟ ਪੈਕਰ ਦੇ ਤੌਰ ਤੇ ਮੰਨੀ ਹੋਈ ਕਮਿਊਨਿਟੀ ਸੀ ਉਹ ਜੀ ਜਲਾਲਾਬਾਦ ਉਧਰ ਉਥੇ ਅਸੀਂ ਰਿਸਰਚ ਕਰੀ ਮੇਰੇ ਨਾਲ ਇੱਕ ਸਟੂਡੈਂਟ ਨੇ ਪੀ ਐਚ ਟੀ ਕਰੇ ਜਿਹੜੇ ਉਹਨਾਂ ਤੋਂ ਰਾਧਾ ਸਵਾਮੀ ਦੇ ਰੇ ਚ ਜਾਣ ਲੱਗੇ ਪੂਰ ਨਸ਼ੇ ਤੋਂ ਵੀ ਬਚ ਕੇ ਅਜਨਾਲਾ ਇਸ ਸੈਕਟਰ ਦੇ ਵਿੱਚ ਵੀ ਹਰगोविंदਪੁਰ ਜਲਾਲਾਬਾਦ ਫਾਜ਼ਿਲਕਾ ਦੀ ਸਾਈਡ ਤੇ ਵੀ ਸਰਦੂਲਗੜ ਵੱਲ ਵੀ ਇਹ ਤਿੰਨ ਥਾਵਾਂ ਤੇ ਉਹਨਾਂ ਦਾ ਮੇਨ ਬਾਰਡਰ ਏਰੀਆਜ਼ ਦੇ ਵਿੱਚ ਸੀਗਾ ਅਸੀਂ ਇਹ ਦੇਖਿਆ ਕਿ ਜਿਹੜੀਆਂ-ਜਿਹੜੀਆਂ ਫੈਮਿਲੀ ਸੀ ਉਹਨਾਂ 'ਚ ਲਿਟਰੇਸੀ ਰੇਟ ਵੀ ਵਧਿਆ ਉਹਨਾਂ 'ਚ ਔਰਤਾਂ ਦਾ ਵੀ ਔਰਤਾਂ ਨੇ ਸਭ ਤੋਂ ਪ੍ਰਾਇਮਰੀ ਇੰਟਰਸਟ ਲਿਆ ਉਹਦੇ 'ਚ ਹੁਣ ਵੀ ਔਰਤਾਂ ਅਗਾਰੀਆਂ ਨੇ ਬੜੀ ਅੱਛੀ ਗੱਲ ਹੈ ਪਰ ਇਹ ਹੈ ਕਿ ਜੇ ਤੁਹਾਡੀ ਸੋਨੂੰ ਜੀਵਨ ਸ਼ੈਲੀ ਦੇ ਵਿੱਚ ਬੇਰੁਜ਼ਗਾਰੀ ਪਈ ਹੈ मीनिंगलेसਨੈਸ ਪਈ ਹੈ ਕਿ ਮੇਰੇ ਯਾਰ ਜਿਉਣ ਦਾ ਮਤਲਬ ਕੀ ਹੈ ਫਰਸਟ੍ਰੇਸ਼ਨ ਬਹੁਤ ਜ਼ਿਆਦਾ ਹੈ ਅੱਛਾ ਜਿਹੜਾ ਸਕਸੈਸ ਰੇਟ ਹੈ ਪੋਲਿਟਿਕਸ ਤਾਂ ਸਾਰੀ ਟੱਬਰਾਂ ਨੇ ਸਾਂਭ ਲਈ ਜਿਹੜਾ ਬਿਜ਼ਨਸ ਹੈ ਉਹ ਟੱਬਰਾਂ ਨੇ ਸਾਂਭ ਲਿਆ ਵਿੱਚ ਬੰਦਾ ਵੱਢ ਨਹੀਂ ਸਕਦਾ ਕਿਤੇ ਔਰ ਜਿਹੜਾ ਬੰਦਾ ਕੋਈ ਥੋੜਾ ਬਹੁਤ ਪੰਜਾਬੀ ਲੋਕ ਨੇ ਜਿਹੜੇ ਬੇਸਿਕਲੀ ਸੁਭਾਅ ਦੇ ਤੌਰ ਤੇ ਹੀਰੋਇਕ ਨੇ ਉਹ ਹੀਰੋ ਬਣਨਾ ਚਾਹੁੰਦੇ ਨੇ ਕੰਮ ਹੈਗੇ ਨੇ Zomato ਤੇ Swiggy ਵਾਲਿਆਂ ਦੇ ਮਤਲਬ ਘਰ ਘਰ ਉਹ ਪਹੁੰਚਾਉਣ ਵਾਲੇ ਸੋ ਕਵਜਾ ਟੋਟਲ ਮਨ ਦੇ ਉੱਪਰ ਹੋ ਚੁੱਕਿਆ ਹੈ ਔਰ ਮਨ ਨੇ ਜਿਹੜੇ ਉਹ ਡਿਸਟੋਰਟ ਕੀਤੇ ਜਾ ਰਹੇ ਨੇ ਇਹਦੇ ਉੱਪਰ ਫੋਕਸ ਕਰਨ ਦੀ ਬਹੁਤ ਜ਼ਰੂਰਤ ਹੈ ਕੱਲੀ ਕਾਉਂਸਲਿੰਗ ਨਾਲ ਨਹੀਂ ਕੰਮ ਚੱਲਣਾ ਇਹ ਇੱਕ ਰੋਹਾਨੀ ਲਹਿਰ ਚਲਾਉਣ ਦੀ ਜ਼ਰੂਰਤ ਹੈ ਕਿ ਉਹਨਾਂ ਨੂੰ ਲੱਗੇ ਕਿ ਯਾਰ ਅਸੀਂ ਇਨਸਾਨ ਆ ਸਾਡਾ ਇਨਸਾਨੀ ਜੀਵਨ ਹੈ ਜਿਹੜਾ ਮੀਨਿੰਗਫੁਲ ਹੈ ਇਸ ਯੂਨੀਵਰਸ ਨੂੰ ਸਾਡੀ ਲੋੜ ਹੈ ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਸਾਡੀ ਲੋੜ ਹੈ ਜਦੋਂ ਤੁਹਾਨੂੰ ਇਹ ਲੱਗਣ ਲੱਗ ਜਿਓ ਕਿ ਮੇਰਾ ਜਿਉਣਾ ਮੀਨਿੰਗਲੈਸ ਹੈ ਤੁਸੀਂ ਕੁਝ ਕਰੀ ਜਾਓ ਤੁਸੀਂ ਡਿਪਰੈਸ਼ਨ 'ਚ ਵੀ ਜਾਓਗੇ ਤੁਸੀਂ ਕੁਝ ਨਾ ਕੁਝ ਮਾੜਾ ਮੋਟਾ ਨਸ਼ਾ ਵੀ ਕਰਨਾ ਸ਼ੁਰੂ ਕਰੋਗੇ ਔਰ ਤੁਹਾਡੀ ਜਿਹੜੀ ਨੈਗੇਟਿਵ એનર્ਜੀ ਹੈ ਉਹ ਹੋਰ ਪਾਵਰ ਕਰ ਜਾਊਗੀ ਤੁਸੀਂ ਦੇਖੋ ਇਹ ਵਰਲਡ ਦੀ ਐਗਜ਼ਾਮਪਲ ਹੈ ਕੋਈ ਨਹੀਂ ਇਹ ਤੇ ਡਿਸਕਸ ਕਰਦਾ ਕਿ 5 ਵਜੇ ਤੋਂ ਬਾਅਦ ਦਰੂ ਪੀਤੀ ਜਾਂਦੀ ਹੈ ਸਾਰੇ ਜਦੋਂ ਸਾਡੀ એનર્ਜੀ ਲੋ ਹੋਈ ਹੁੰਦੀ ਹੈ ਉਦੋਂ 네ਗੇਟਿਵ ਥਾਟਸ ਨੇ ਜਿਹੜੀਆਂ ਕਬਜ਼ਾ ਕਰ ਲੈਂਦੀਆਂ ਨੇ ਅਰ ਅੱਜ ਦੀ ਡੇਟ ਦੇ ਵਿੱਚ ਸਾਡਾ ਐਜੂਕੇਸ਼ਨ ਸਿਸਟਮ ਵੀ ਇਸ ਗੱਲ ਦੇ ਵਿੱਚ ਮਤਲਬ ਮਾਰ ਖਾ ਗਿਆ ਕਹਿ ਲਓ ਉਦੋਂ ਵਪਾਰ ਹੀ ਬਣ ਗਿਆ ਕਿਸਮ ਦਾ ਲੋਕ ਪੱਜ ਰਹੇ ਨੇ ਬਾਹਰ ਨੂੰ ਆਈ ਲੈਟਸ ਕਰਕੇ ਉੱਥੇ ਪਹਿਲੇ ਨਸ਼ੇ ਲਈ ਬੈਠੇ ਨੇ ਲੋਕ ਸੋ ਇਹ ਇੱਕ ਨੈਟਵਰਕ ਬਣ ਗਿਆ ਸਟੇਟ ਹੈ ਜਿਹੜੀ ਅੱਜ ਦੀ ਮਾਰਕੀਟ ਹੈ ਜਿਹੜੀ ਅੱਜ ਦੀ ਉਹ ਇਹਨਾਂ ਦੀ ਇਨੇਬਲਰ ਹੈ ਉਹ ਮਤਲਬ ਪ੍ਰੋਵਾਈਡਰ ਬਣੀ ਹੋਈ ਹੈ ਐਵੇਂ ਆਪਾਂ ਗੱਲਾਂ ਜੋ ਮਰਜ਼ੀ ਉੱਪਰੋਂ ਉੱਪਰੋਂ ਹੀ ਕਰੀ ਜਾਣ ਮжоਰਿਟੀ ਜਿਹੜੀ ਪੁਲਿਸ ਹੈ ਮੈਨੂੰ ਦੱਸੋ ਕਿ ਕਿੱਥੋਂ ਆ ਜਾਂਦਾ ਜੀ ਨਸ਼ਾ ਉਹ 66 ਲੱਖ ਲੋਕ ਪੰਜਾਬ ਦੇ ਵਿੱਚ ਨੇ ਜਿਹੜੇ ਮਤਲਬ ਇਹ ਸਰਕਾਰੀ ਰਿਪੋਰਟਾਂ ਕਹਿ ਰਹੀਆਂ ਨੇ 66 ਲੱਖ ਬੰਦਿਆਂ ਨੂੰ ਕੋਈ ਚੀਜ਼ ਰੋਜ਼ ਸਪਲਾਈ ਹੁੰਦੀ ਹੈ ਕੌਣ ਕਰਦਾ ਹੈ ਉਹ ਜੀ ਸੋ ਇਸ ਕਰਕੇ ਹੈ ਕਿ ਫੋਕਸ ਇਸ ਗੱਲ ਤੇ ਕਰਨ ਦੀ ਲੋੜ ਹੈ ਕਿ ਸਾਡੀ ਜਿਹੜੀ ਹਿਊਮਨ ਰਿਪ੍ਰੋਡਕਸ਼ਨ ਹੈ ਜਿਹੜੇ ਨਵੇਂ ਬੱਚੇ ਨੇ ਖਾਸ ਕਰਕੇ ਪ੍ਰਾਇਮਰੀ ਸਕੂਲ ਤੋਂ ਹੀ ਲੈ ਕੇ ਉੱਥੇ ਫੋਕਸ ਕਰਨ ਦੀ ਲੋੜ ਹੈ ਕਿ ਉਹ ਕਿਵੇਂ ਆਪਣੇ ਆਪ ਨੂੰ ਕਿਵੇਂ ਹੈਂਡਲ ਕਰਨ ਜਿਹੜਾ ਕਿਤੇ ਨਹੀਂ ਪੜਾਇਆ ਜਾਂਦਾ ਉਹਨਾਂ ਦਾ ਜਿਹੜਾ ਮਾਨਸਿਕ ਤੇ ਰੋਹਾਨੀ ਵਿਕਾਸ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਜੋਰ ਹੁਣ ਪਿਆ ਹੋਇਆ ਸਭ ਤੋਂ ਵੱਧ ਜਿਹੜਾ ਜੋਰ ਪਿਆ ਹੋਇਆ ਉਹ ਵੀ ਸਰੀਰਾਂ ਤੇ ਜੀ ਜਿਮ ਚੱਲੇ ਜਾਓ ਜਿਮ ਦੇ ਵਿੱਚ ਉਹ ਤੁਹਾਨੂੰ ਸਪਲੀਮੈਂਟ ਦੇ ਦਿੰਦੇ ਨੇ ਉਹ ਸਾਰੇ ਐਡਿਕਟਿਵ ਨੇ ਹਰ ਕੱਲਾ ਚਿੱਟਾ ਨਹੀਂ ਐਡਿਕਟਿਵ ਹੈਗਾ ਸਾਡਾ ਜਿੰਨਾ ਜਿੰਨਾ ਮਾਈਂਡ ਜਿਆਦਾ ਸਕੈਟਰਡ ਹੈ ਉਹਨੂੰ ਹੋਰ ਬੜੀਆਂ ਐਡਿਕਸ਼ਨਸ ਨੇ ਉਹਦੀਆਂ ਹੋਰ ਸਾਰੀਆਂ ਐਡਿਕਸ਼ਨਸ ਨੇ ਜਿਹੜੀਆਂ ਅਲਟੀਮੇਟਲੀ ਉਹ ਟੋਲ ਲੈਂਦੀਆਂ ਨੇ ਸਰੀਰ ਦੇ ਉੱਪਰ ਸਰੀਰ ਦੀ ਸ਼ਕਤੀ ਨੂੰ ਯੂਜ਼ ਕਰਦੀਆਂ ਨੇ ਤੁਸੀਂ ਦੇਖਿਆ ਹੋਣਾ ਕਿ ਜਦੋਂ ਬੰਦਾ ਫਰਸਟ੍ਰੇਟਡ ਹੁੰਦਾ ਹੈ ਉਹਦਾ ਸਰੀਰ ਕਿਵੇਂ ਬਿਮਾਰ ਜਿਹਾ ਹੋ ਜਾਂਦਾ ਪਰ ਇਹਦੇ ਉੱਪਰ ਬਿਜ਼ਨਸ ਵੱਲ ਰਹੇ ਨੇ ਜੀ ਇਹ ਕੋਈ ਇਦਾਂ ਥੋੜੀ ਹੈ ਕਿ ਇਹ ਐਵੇਂ ਹੀ ਹੋ ਜਾਂਦਾ ਜੇ ਕਿਸੇ ਦਾ ਕੋਈ ਇੰਟਰਸਟ ਨਾ ਹੋਵੇ ਉਹਦੇ ਚੋਂ ਕੋਈ ਚੀਜ਼ ਪੜ ਨਾ ਰਹੀ ਹੋਵੇ ਉਹ ਤਾਂ ਨੇਚਰ ਵੈਸੇ ਆਪ ਹੀ ਨਹੀਂ ਰਹਿਣ ਦਿੰਦੀ ਇਹ ਤਾਂ ਨੇਚਰ ਦਾ ਹੀ ਲਾਅ ਹੈ ਕਿ ਇੱਕ ਪੂਰਾ ਇਕੋਸਿਸਟਮ ਬਣਿਆ ਹੋਇਆ ਹੈ ਪਰ ਬੜੀ ਸਿਸਟੇਮੈਟਿਕਲੀ ਇਹ ਹੋਇਆ ਉਹ ਕਹਿੰਦੇ ਜੀ ਪਾਕਿਸਤਾਨ ਵਾਲੇ ਆ ਜਾਂਦੇ ਨੇ ਉਧਰੋਂ ਸਿੱਟ ਜਾਂਦੇ ਨੇ ਇੱਥੇ ਹੀ ਕਿਉਂ ਸਿੱਟਦੇ ਨੇ ਆ ਕੇ ਉਹ ਪੰਜਾਬ ਹੀ ਕਿਉਂ ਸੈਂਟਰ ਬਣਿਆ ਹੋਇਆ ਉਹ ਕਹਿੰਦੇ ਜੀ ਸਾਡੇ ਖਿਲਾਫ ਵੱਡੀ ਸਾਜ਼ਿਸ਼ ਹੈ ਜੀ ਸਾਜ਼ਿਸ਼ ਹੈ ਤਾਂ ਅਸੀਂ ਫਿਰ ਆਪ ਜਾਗੀਏ ਨਾ ਆਪਣੇ ਬੱਚਿਆਂ ਨੂੰ ਮਤਲਬ ਅਸੀਂ ਕੋਈ ਉਹ ਚੀਜ਼ ਜਿਹੜੀ ਪੋਜ਼ਿਟਿਵ ਹੈ ਉਹ ਦਈਏ ਅਸੀਂ ਨੂੰ ਪ੍ਰੋਟੈਕਟ ਕਰਨ ਚ ਪੈਗੇ ਬੱਚਿਆਂ ਨੂੰ ਜਿਹੜੀ ਸਾਡੀ ਜਨਰੇਸ਼ਨ ਦੀ ਮੈਂ ਸਮਝਦਾ ਇਹ ਗਲਤੀ ਹੈ ਕਿ ਅਸੀਂ ਸੋਚਿਆ ਵੀ ਇਹਨਾਂ ਨੂੰ ਕੋਈ ਕਿਤੇ ਮਾੜਾ ਮੋਟਾ ਨਾ ਸੇਕ ਨਾ ਲੱਗ ਜਵੇ ਇਹਨਾਂ ਨੂੰ ਪੋਲੇ ਪੋਲੇ ਪਾਲੋ ਬਹੁਤ ਪਿਆਰ ਦੇ ਨਾਲ ਮਤਲਬ ਅੰਗਰੇਜ਼ੀ ਪੜਾ ਕੇ ਫਟਾਫਟ ਅਫਸਰ ਬਣਾ ਦਿਓ ਅੱਛਾ ਉਹ ਬੱਚੇ ਨੇ ਜਿਹੜੇ ਨਾ ਉਹਨਾਂ ਚ ਸੋਸ਼ਲ ਨਾ ਸਾਈਕਲੋਜੀਕਲ ਨਾ ਉਹਨਾਂ ਚ ਮਤਲਬ ਕੋਈ ਸਪਿਰਚੁਅਲ ਕਪੈਸਿਟੀਜ਼ ਨਹੀਂ ਡਿਵੈਲਪ ਹੋਈਆਂ ਤੁਸੀਂ ਦੇਖੋ ਨਾ ਜਿੰਨੀ ਸਿੱਖ ਲਹਿਰ ਸੀ ਪਹਿਲੀ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੱਕ ਪਹੁੰਚ ਤਾਂ ਚਲੋ ਰਾਜ ਭਾਗ ਆ ਗਿਆ ਹੋਰ ਤਰ੍ਹਾਂ ਦੇ ਹੋ ਗਏ ਨਸ਼ੇ ਪੱਤੇ ਚੱਲ ਪਏ ਜਿੰਨੀਆਂ ਪਹਿਲੀਆਂ ਲਹਿਰਾਂ ਚਲਦੀਆਂ ਸੀ ਈਵਨ ਨੌਮ ਤਰੀਆਂ ਦੀ ਤੁਸੀਂ ਦੇਖ ਲਓ ਉਹਨਾਂ ਨੇ ਬੜੀ ਸ਼ਕਤੀ ਦਿੱਤੀ ਲੋਕਾਂ ਨੂੰ ਕਿੱਥੇ ਕਿੱਥੇ ਤੱਕ ਲੋਕ ਤੋਪਾਂ ਦੇ ਅੱਗੇ ਏਕਾਂ ਡਾਂ ਕੇ ਖੜੇ ਹੋ ਗਏ ਮਤਲਬ ਉਹ ਜਿਹੜੀ ਸ਼ਕਤੀ ਹੈ ਉਹ ਜਗਾਉਣ ਤੋਂ ਬਿਨਾਂ ਗੱਲ ਨਹੀਂ ਬਣਨੀ ਇਹ ਠੀਕ ਹੈ ਕਿ ਇਹ ਬਹੁਤ ਪੋਜ਼ਿਟਿਵ ਹੈ ਸਾਰੀ ਚੀਜ਼ ਗੁਰੂਆਂ ਜਿੱਥੇ ਬੰਦੀ ਬਹੁਤ ਸੋਹਣਾ ਕੰਮ ਕਰ ਰਹੇ ਨੇ ਪਿੰਡਾਂ ਚ ਉਹਨਾਂ ਦਾ ਹੋਲਡ ਵੀ ਹੈ ਪਰ ਜਿੰਨੀ ਦੇਰ ਅਸੀਂ ਬੰਦਾ ਜਿਹੜਾ ਐਡਿਕਟ ਹੈ ਉਹਨੂੰ ਇਹ ਨਹੀਂ ਜਿਚਾਉਂਦੇ ਉਹਨੂੰ ਇਹ ਗੱਲ ਖੁਦ ਨਹੀਂ ਜੱਚਦੀ ਕਿ ਮੇਰਾ ਜਿਉਣਾ ਬਹੁਤ मीनिंगफुल ਹੈ ਪਰ ਮੇਰੀ ਬਹੁਤ ਲੋਡ ਹੈ ਇਸ ਧਰਤੀ ਨੂੰ ਇਸ ਸਮਾਜ ਨੂੰ ਇਸ ਯੂਨੀਵਰਸ ਨੂੰ ਉਹਨੀ ਦੇਰ ਗੱਲ ਨਹੀਂ ਬਣੂਗੀ ਉਹ ਤਾਂ ਉਹਦੀ ਇੰਪੋਰਟੈਂਸ ਹੋਰ ਘਟ ਜਾਂਦੀ ਹੈ ਉਹ ਤਾਂ ਵਿਚਾਰਾ ਬਹੁਤ ਹੀ ਮਤਲਬ ਉਹ ਉਹਨੂੰ ਅਸੀਂ ਟੀਕੇ ਲਾ ਕੇ ਜਿਹਨੇ ਡੀਡਿਕਸ਼ਨ ਸੈਂਟਰ ਨੇ ਮжоਰਿਟੀ ਤਾਂ ਇਹਨਾਂ ਜੋ ਬੇਸਿਕਲੀ ਸਮਗਲਰਾਂ ਦੇ ਖੋਲੇ ਹੋਏ ਨੇ ਪਰ ਕਮਾਲ ਇਹ ਹੋ ਰਹੀ ਹੈ ਤੁਸੀਂ ਦੇਖੋ ਕਿ ਉਹਨਾਂ ਦੀ ਜ਼ਰੂਰਤ ਸਮਗਲਰਾਂ ਦੀ ਇੰਨੀ ਜ਼ਿਆਦਾ ਹੈ ਸੋ ਪਿੰਡਾਂ 'ਚ ਫਤਿਹਕਰੀ ਪਹਿਰਾ ਦੰਦੇ ਜਾਂ ਰੋਕਣ ਵਾਲੇ ਬੰਦੇ ਨੂੰ ਮਾਰਦੇ ਫਿਰ ਰਹੇ ਨੇ 80000 ਸਾਡੀ ਨਫਰੀ ਹੈ ਪੁਲਿਸ ਦੀ ਸੋ ਇੱਕ ਧੰਦਾ ਬਣਿਆ ਹੋਇਆ ਜਿਸ 'ਚ ਸਟੇਟ ਵੀ ਸ਼ਾਮਲ ਹੈ ਮਾਰਕੀਟ ਵੀ ਸ਼ਾਮਲ ਹੈ ਸਾਡੀ ਸਟੇਟ ਮਸ਼ਿਨਰੀ ਵੀ ਸ਼ਾਮਲ ਹੈ ਥੋੜਾ ਜੋ ਮਰਜੀ ਮਰ ਜਣ ਜਿੱਥੇ ਮਰਜੀ ਸੌਂਖਾਈ ਜਾਣੇ ਦਾ ਕੋਈ ਮਤਲਬ ਨਹੀਂ ਹੈ ਪ੍ਰੋਵੈਂਸ਼ਨ ਠੀਕ ਹੈ ਪ੍ਰੀਵੈਂਟਿਵ ਲੋਕ ਕਿਉਂਕਿ ਉੱਠ ਖੜੇ ਨੇ ਮੂਵਮੈਂਟ ਚੱਲੂਗੀ ਪ੍ਰੋਵੈਂਸ਼ਨ ਲਈ ਪਰ ਹੋਰ ਨਸ਼ਾ ਆ ਜਾਊਗਾ ਮੈਨੂੰ ਦੱਸਾਂ ਨਛਾ ਉਨੀ ਦੇ ਨਹੀਂ ਰੁਕਣਾ ਜਿੰਨੇ ਦਿਨ ਅਸੀਂ ਇਹ ਅਵਸਥਾ ਨੂੰ ਨਹੀਂ ਸਮਝਦੇ ਕਿ ਮਨ ਹੈ ਜਿਹੜਾ ਉਹਦਾ ਕੀ ਕਰਨ ਉਹਨੂੰ ਕਿਸ ਕਿਸ ਪਾਸੇ ਲਾਉਣ ਲੋਕ ਕਿਉਂਕਿ ਮਨ ਦੇ ਉੱਪਰ ਤਾਂ ਆ ਹੀ ਕਬਜਾ ਹੈ ਤੁਸੀਂ ਇੱਕ ਇੱਕ ਐਪ ਖੋਲੋ 40 ਉਹਦੇ ਵਿੱਚ ਸੈਕਸ ਦੀਆਂ ਵਾਇਲੈਂਸ ਦੀਆਂ ਵੀਡੀਓਜ਼ ਪਈਆਂ ਹੁੰਦੀਆਂ ਨੇ ਜੋਥ ਨੂੰ ਜੋਥ ਤੇ ਜਿਹੜੀ ਮਾਈਂਡ ਜਿਹੜੀ ਮੈਂਟਲ ਖਰਾਕ ਹੈ ਸਾਡੇ ਜੋਥ ਨੂੰ ਕਿੱਥੋਂ ਮਿਲ ਰਹੀ ਹੈ ਉਹ ਉਹ ਮਤਲਬ ਇਹਨਾਂ ਨੈਰੇਟਿਵਸ ਦੇ ਤੋਂ ਮਿਲ ਰਹੀ ਹੈ OTT ਚੈਨਲ ਨੇ ਤੁਸੀਂ ਦੇਖੋ ਨਾ ਜਿੰਨੀ ਵਾਇਲੈਂਸ ਪਿਛਲੇ ਸਮੇਂ ਦੇ ਵਿੱਚ ਜਾਂ ਜਿਹੜਾ ਹੀਰੋ ਬਣਾ ਕੇ ਸਾਡੇ ਬੱਚਿਆਂ ਨੂੰ ਦਿੱਤਾ ਗਿਆ ਕਿਸ ਟਾਈਪ ਦਾ ਹੀਰੋ ਹੈ ਉਹ ਤੁਸੀਂ ਦੇਖੋ ਤੁਸੀਂ 60s ਤੋਂ ਫਿਲਮਾਂ ਦਾ ਇੱਕ ਮੋਟਾ ਐਨਲਿਸਿਸ ਕਰਕੇ ਦੇਖੋ ਕਿ ਹੀਰੋ ਦੀ ਡੈਫੀਨੇਸ਼ਨ ਕਿਵੇਂ ਬਦਲਦੀ ਗਈ ਹੈ ਸਾਰੇ ਗੈਂਗਸਟਰ ਹੀਰੋ ਨੇ ਹੁਣ ਸੋ ਇਸ ਕਰਕੇ ਉਹਦੇ ਉੱਪਰ ਮਾਰਕੀਟ ਖੜੀ ਹੈ ਉਹਦੇ ਤੇ ਬਹੁਤ ਵੱਡੇ ਵੱਡੇ ਬਿਜ਼ਨਸ ਖੜੇ ਨੇ ਉਹਦੇ ਤੇ ਪੜ ਰਹੇ ਨੇ ਉਹ ਸੋ ਜਿਹੜਾ ਇਸ ਤਰੀਕੇ ਦੇ ਨਾਲ ਮਤਲਬ ਵਰਲਡ ਚੇਂਜ ਹੋ ਰਿਹਾ ਹੈ ਇੰਡਸਟਰੀਅਲ ਸਿਵਲਾਈਜੇਸ਼ਨ ਆਪਣੇ ਐਂਡ ਵੱਲ ਵੱਧ ਰਹੀ ਹੈ ਇਹਦੇ ਚ ਜਿਹੜਾ ਉਹ ਆਪਾਂ ਕਹਿੰਦੇ ਹਾਂ ਨਾ ਮਤਲਬ ਮਹਾਰਾਜ ਦੇ ਵਿੱਚ ਆਉਂਦਾ ਹੈ ਵੀ ਮਤਲਬ ਖੁਆਰ ਹੋਏ ਸਭ ਮਿਲेंगे ਬੱਚੇ ਸ਼ਰਨ ਜੋ ਹੈ ਇਸ ਖੁਆਰੀ ਦੇ ਵਿੱਚੋਂ ਹੀ ਰਸਤਾ ਨਿਕਲਣਾ ਹੈ ਪਰ ਜਿੰਨੀ ਦੇਰ ਬੰਦਾ ਅੰਤਰ ਝਾਤ ਨਹੀਂ ਮਾਰਦਾ ਆਪਣੇ ਆਪ ਨੂੰ ਮੈਂ ਨਹੀਂ ਆਪਣੇ ਆਪ ਨੂੰ ਠੀਕ ਕਰਨਾ ਚਾਹੁੰਦਾ ਉਨੀ ਦੇਰ ਮੈਨੂੰ ਹੋਰ ਨਹੀਂ ਕੋਈ ਠੀਕ ਕਰ ਸਕਦਾ ਸੋ ਉਹਨਾਂ ਚ ਇਹ ਬਿਰਤੀ ਜਗਾਉਣ ਦੀ ਜ਼ਰੂਰਤ ਹੈਗੀ ਹੈ ਕਿ ਉਹ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰਨ ਕੱਲਾ ਕੱਲੀ ਟੈਕਨੀਕਲ ਜਿਹੜੀ ਕਾਉਂਸਲਿੰਗ ਹੈ ਟੈਕਨੀਕਲ ਸਾਈਕੋਥੈਰੇਪੀ ਉਹ ਤਾਂ ਵੈਸਟ ਦੇ ਵਿੱਚ ਬਥੇਰੀ ਹੈ ਡਰੱਗਸ ਵੀ ਉੱਥੇ ਬਥੇਰੀਆਂ ਨੇ ਸੋ ਇਹ ਇੱਕ ਨਵੀਂ ਲਹਿਰ ਇਹ ਸੋ ਨਿਕਲੂਗੀ ਜ਼ਰੂਰ ਲੋਕ ایکسپੀਰੀਅੰਸ ਤੋਂ ਸਿੱਖਦੇ ਨੇ ਪੰਜਾਬੀ ਲੋਕਾਂ ਦੇ ਵਿੱਚ ਬੜੀ ਹਿੰਮਤ ਵੀ ਹੈ ਔਰ ਹੁਣ ਜਾਗ ਪਏ ਨੇ ਸਾਰੇ ਦੇ ਸਾਰੇ ਜੀ ਡਾਕਟਰ ਸਾਹਿਬ ਇੱਕ ਇਹ ਵੀ ਗੱਲ ਲਸਯੋਦੋਸੀ ਬਹੁਤ ਸੋਣਾ ਸਮਝਾਇਆ ਕਿ ਹਿਸਟੋਰੀਕਲ ਬੈਕਗ੍ਰਾਉਂਡ ਹੁੰਦਾ ਜਿਹੜਾ ਕਿਸੇ ਵੀ ਖੇਤੇ ਦਾ ਉਹ ਚੀਜ਼ ਇਹਦੇ ਚ ਕਿੰਨੀ ਕੰਮੈਟਰ ਕਰਦੀ ਹੈ ਤੇ ਆਪਣੇ ਲੋਕਾਂ ਦਾ ਉਸ ਬੈਕਗ੍ਰਾਉਂਡ ਤੋਂ ਟੁੱਟ ਜਾਣਾ ਪਿੱਛੇ ਹਟ ਜਾਣਾ ਕਿ ਉਹ ਵੀ ਇੱਕ ਪਤਨ ਦਾ ਕਾਰਨ ਬਣਦਾ ਬਿਲਕੁਲ ਬਿਲਕੁਲ ਹਿਸਟੋਰੀਕਲ ਬੈਕਗ੍ਰਾਉਂਡ ਬਹੁਤ ਕਿਉਂਕਿ ਆਪਣੇ ਆਪ ਨੂੰ ਸੈਲਫ ਨੂੰ ਜਾਣਨ ਲਈ ਉਹਦਾ ਬਹੁਤ ਹਿੱਸਾ ਹਿਸਟੋਰੀਕਲੀ ਕੰਡੀਸ਼ਨਡ ਹੁੰਦਾ ਹੈ ਸਾਡੀ ਹਿਸਟਰੀ ਡਿਸਟੋਰਟ ਕੀਤੀ ਗਈ ਹੈ ਸਾਡੇ ਸਿਰਫ ਇਹ ਹੈ ਕਿ ਬਹਾਦਰੀ ਹੈ ਜੀ ਅਸੀਂ ਸਿਰ ਲੱਥ ਚੋਦੇ ਆਂ ਅਸੀਂ ਸਿਰ ਲਾਹ ਵੀ ਦਿੰਨੇ ਆਂ ਅਸੀਂ ਸਿਰ ਦੇਹ ਵੀ ਦਿੰਨੇ ਆਂ ਲਹ ਵੀ ਲੈਨੇ ਆਂ ਦਿਸ ਇਜ਼ ਮੀਨਿੰਗਲੈਸ ਡਿਸਕੋਰਸ ਜਿਹੜੇ ਸਿਰ ਦਸਵੇਂ ਪਾਸ਼ਾ ਨੇ ਮੰਗੇ ਸੀ ਉਹ ਸਿਰ ਨਹੀਂ ਸੀ ਉਹ ਹਉਮੈ ਮੰਗੀ ਸੀ ਜਿੰਨੀ ਦੇਰ ਸਾਡੇ ਅੰਦਰ ਹਉਮੈ ਬਸਦੀ ਹੈ ਕਿ ਮੈਂ ਹੀ ਮੈਂ ਆ ਮੈਂ ਹੀ ਮੈਂ ਆ ਇਹ ਇਹ ਹਿਸਟਰੀ ਸਾਡੀ ਇਹ ਬਣਾ ਦਿੰਦੀ ਗਈ ਕਿ ਅਸੀਂ ਤਾਂ ਰਾਜ ਕਰਨਾ ਹੈ ਦੂਜਿਆਂ ਦੇ ਉੱਪਰ ਆਪਣੇ ਆਪ ਤੇ ਰਾਜ ਨਹੀਂ ਕਰਨਾ ਇਹ ਆਤਮ ਗਿਆਨ ਦੀ ਸਾਡੀ ਜਿਹੜੀ ਪਰੰਪਰਾ ਸੀ ਜਿਹੜੀ ਗੁਰੂ ਨਾਨਕ ਦੇਵ ਜੀ ਤੋਂ ਨਹੀਂ ਸ਼ੁਰੂ ਹੋਈ ਗੁਰੂ ਨਾਨਕ ਦੇਵ ਜੀ ਨੇ ਉਹਨੂੰ ਬਹੁਤ ਕ੍ਰਿਸਟਲਾਈਜ਼ ਕਰਕੇ ਦੱਸਿਆ ਸ਼ੁਰੂ ਤਾਂ ਇਹ ਅਸ਼ਟਵੱਕਰ ਤੋਂ ਹੋਈ ਹੋਈ ਸੀ ਪੇ ਤਾਂ ਉਪਨਿਸ਼ਦਾਂ ਤੱਕ ਤੋਂ ਹੋਈ ਹੋਈ ਸੀ ਜਿਹੜੇ ਪੁਰਾਣੇ ઋષਿ ਸੀ ਉਹ ਤਾਂ ਜਾਤ ਪਾਤ ਦੇ ਵਿੱਚ ਬ੍ਰਾਹਮਣਾਂ ਨੇ ਪੁਜਾਰੀਆਂ ਨੇ ਕਬਜ਼ਾ ਕਰ ਲਿਆ ਬੇਸਿਕਲੀ ਉਹ ਚੱਲੀ ਹੋਈ ਸੀ ਜਿਹੜੀ ਜਿਹੜੀ ਮਹਾਵੀਰ ਦੀ ਵੀ ਸੀ ਬੁੱਧ ਦੀ ਵੀ ਸੀ ਜੇ ਤੁਸੀਂ ਸਮਝੋ ਉਹਨਾਂ ਦਾ ਤਤ ਇੱਕੋ ਹੀ ਹੈ ਉਹ ਕਹਿੰਦੇ ਵੀ ਆਪਣੇ ਆਪ ਨੂੰ ਜਾਨਣਾ ਸਭ ਤੋਂ ਇੰਪੋਰਟੈਂਟ ਹੈ ਕਿਉਂਕਿ ਉਹਨਾਂ ਚੀ ਗੱਲ ਲਿਖੀ ਹੈ ਕਿ ਆਪਣੇ ਯੂਨੀਵਰਸ ਦੇ ਆਪਣੇ ਸੰਸਾਰ ਦੇ ਅਸੀਂ ਉਹ ਹੀ ਕ੍ਰੀਏਟਰ ਆ ਜਿੱਦਾਂ ਦਾ ਸਾਡਾ ਮਨ ਹੋਊਗਾ ਉਦਾਂ ਦਾ ਸਾਡਾ ਸੰਸਾਰ ਹੋ ਜਾਊਗਾ ਮਹਾਤਮਾ ਬੁੱਧ ਨੇ ਜਿਹੜਾ ਉਹਦਾ ਧੰਪਤ ਉਹਨਾਂ ਦਾ ਪਹਿਲਾ ਗ੍ਰੰਥ ਹੈ ਉਹਦਾ ਪਹਿਲਾ ਹੀ ਸ਼ਬਦ ਹੈ ਧੰਪਤ ਜਿਹੜਾ ਬੋਧੀਆਂ ਦਾ ਗ੍ਰੰਥ ਹੈ ਉਹ ਚ ਉਹਨੇ ਕਿਹਾ ਕਿ ਮਨ ਸਾਰੀਆਂ ਕਿਰਿਆਵਾਂ ਦਾ ਪ੍ਰਧਾਨ ਹੈ ਜਿੱਦਾਂ ਦਾ ਮਨ ਹੋਊਗਾ ਉਸ ਤਰ੍ਹਾਂ ਦੀਆਂ ਕਿਰਿਆਵਾਂ ਹੋਣਗੀਆਂ ਅਰ ਤੁਸੀਂ ਕਦੇ ਜਮਾ ਕੇ ਦੇਖ ਲੈਣਾ ਜਿਸ ਤਰ੍ਹਾਂ ਦਾ ਜੀ ਦਾ ਸਵੱਛ ਮਨ ਹੈ ਜਿਹੜੇ ਬੰਦੇ ਦਾ ਨiyet ਸਾਫ ਹੈ ਸ਼ੁੱਧ ਮਨ ਹੈ ਉਹਦਾ ਆਲਾ ਦੋਲਾ ਵੀ ਉਸ ਤਰ੍ਹਾਂ ਦਾ ਹੀ ਬਣ ਜਾਂਦਾ ਹੈ ਉਹਨੂੰ ਮਿਲ ਕੇ ਵੀ ਤੁਹਾਨੂੰ ਬਹੁਤ ਸ਼ਾਂਤੀ ਖੁਸ਼ੀ ਮਿਲੇਗੀ ਜੀ ਦਾ ਮਨ ਵਿਚਲਿਤ ਹੈ ਜੀ ਦਾ ਮਨ ਹੀ ਖਰਾਬ ਹੈ ਜਾਂ ਮਨ ਬਹੁਤ ਜ਼ਿਆਦਾ ਡਿਸਟਰਕਟਿਵ ਹੋਇਆ ਹੋਇਆ ਹੈ ਜੀ ਓਵਰ ਥਿੰਕਿੰਗ ਕਰ ਰਿਹਾ ਹੈ ਉਹਨੂੰ ਫਰਸਟ੍ਰੇਸ਼ਨ ਝਗੜੇ ਝਾਟੇ ਕਲੇਸ਼ ਆਪਾਂ ਕਹਿੰਦੇ ਨਹੀਂ ਪਿੰਡਾਂ ਚ ਦਫ਼ਤਰਾਂ ਚ ਸਾਰੇ ਥਾਈਂ ਵੀ ਆ ਬੰਦਾ ਯਾਰ ਬੜਾ ਕਲੇਸ਼ੀ ਹੈ ਕਲੇਸ਼ੀ ਉਹਦਾ ਕੀ ਹੁੰਦਾ ਉਹਦੇ ਉਹਦੇ ਗੋਡੇ ਥੋੜੀ ਕਲੇਸ਼ੀ ਹੁੰਦੇ ਨੇ ਕੋਣੀਆਂ ਥੋੜੀ ਕਲੇਸ਼ੀ ਹੁੰਦੀਆਂ ਨੇ ਉਹਦਾ ਮਨ ਕਲੇਸ਼ਟ ਫਸਿਆ ਹੁੰਦਾ ਸੋ ਇਹ ਇੱਕ ਇੱਕ ਬਹੁਤ ਆਪਣੇ ਆਪ ਨੂੰ ਮਤਲਬ ਵੱਡਾ ਸਵਾਲ ਕਰਨ ਵਾਲੀ ਗੱਲ ਹੈ ਇਹ ਸਾਰੇ ਲੋਕਾਂ ਦੇ ਵਿੱਚ ਕਿ ਆਪਣੇ ਆਪ ਨੂੰ ਸਮਝ ਲੈਣਾ ਅਸੀਂ ਆਪਣੇ ਸਰੀਰ ਨੂੰ ਜਾਂ ਆਪਣੇ ਹੌਮੇ ਨੂੰ ਹੀ ਆਪਣਾ ਆਪ ਸਮਝੀ ਜਾ ਰਹੇ ਹਾਂ ਗ੍ਰੰਥਾਂ 'ਚ ਲਿਖਿਆ ਹੈ ਕਿ ਇਹ ਕੁਝ ਵੀ ਨਹੀਂ ਹੈ ਇਹ ਤਾਂ ਥੋੜਾ ਲਿਮਟਿਡ ਸੈਲਫ ਹੈ ਜਿੱਦਾਂ ਆਪਾਂ ਕਹਿੰਦੇ ਹਾਂ ਨਾ ਸੌਫਟਵੇਅਰ ਆਪਾਂ ਦੇਖਦੇ ਹਾਂ ਕਿ ਡੈਮੋ ਵਰਜ਼ਨ ਹੁੰਦਾ ਹੈ ਇਹ ਤਾਂ ਡੈਮੋ ਵਰਸ਼ਨ ਨੂੰ ਅਸੀਂ ਆਪਣਾ ਆਪ ਸਮਝੀ ਚਨੇ ਆਂ ਬੰਦੇ ਦੀ ਤਾਂ ਪੋਟੈਂਸ਼ੀਅਲ ਬਹੁਤ ਜ਼ਿਆਦਾ ਹੈ ਸਾਈਕੋਲੋਜੀ ਵੀ ਇਹ ਕਹਿ ਰਹੀ ਹੈ ਵੀ ਅਸੀਂ 90% ਮਾਈਂਡ ਤਾਂ ਯੂਜ਼ ਹੀ ਨਹੀਂ ਕਰਦੇ ਸੋ ਇਹ ਆਪਣੇ ਬੱਚਿਆਂ ਨੂੰ ਆਪਾਂ ਨੂੰ ਇਹ ਸਿਖਾਉਣਾ ਪਊਗਾ ਕਿ ਆਪਣੇ ਮਨ ਨੂੰ ਜਾਂ ਕਿਵੇਂ ਉਹ ਮਤਲਬ ਯੂਜ਼ ਕਰਨ ਜਾਂ ਆਪਣੀਆਂ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਨੂੰ ਕਿਵੇਂ ਪਛਾਣਨ ਜੀ ਡਾਕਟਰ ਸਾਹਿਬ ਇੱਕ ਗੱਲ ਹੋਰ ਸਮਝਾਇਆ ਇੱਥੇ ਜਿਵੇਂ ਸਾਡਾ ਇੱਕ ਫਲਸਫਾ ਸੀ ਭਾਵੇਂ ਉਹਨੂੰ ਪੰਜਾਬੀਅਤ ਕੇ ਲਈ ਆਪਾਂ ਜਾਂ ਸਿੱਖਾਂ ਦਾ ਇੱਕ ਉਹ ਸ੍ਰਮੌਰ ਗ੍ਰੰਥ ਹੈ ਜਿਹਦੇ ਵਿੱਚ ਬਹੁਤ ਕੁਝ ਹੈ ਉਹ ਚੀਜ਼ਾਂ ਐਕਸਪਲੋਰ ਨਹੀਂ ਕਰ ਪਾਈਆਂ ਸਾਡੀਆਂ ਸੰਸਥਾਵਾਂ ਜਿਹੜਾ ਕਿਤੇ ਨਾ ਕਿਤੇ ਸਾਡੇ ਨੁਕਸਾਨ ਦਾ ਕਾਰਨ ਬਣਿਆ ਅਰਧ ਸੇਰਾ ਉਹ ਜਿਸ ਗਿਆਨ ਨੇ ਬਣਨਾ ਸੀ ਉਹ ਸੰਸਥਾਵਾਂ ਦੀ ਵੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਬਣਦੀ ਸੀ ਕਿਉਂਕਿ ਸਰੋਤ ਸੋਮੇ ਉਹਨਾਂ ਕੋਲ ਸੀ ਉਸ ਜਿਹਨੂੰ ਐਕਸਪਲੋਰ ਨਹੀਂ ਕਰ ਪਾਏ ਉਹ ਨੁਕਸਾਨ ਹੋਈਆਂ ਚੀਜ਼ਾਂ ਪੰਗੋਸਾ ਪਤਾ ਕੀ ਹੈ ਦੋ ਚੀਜ਼ਾਂ ਨੇ ਜਿਹੜੀ ਇੰਟੈਲੈਕਚੁਅਲ ਸਮਝ ਹੈ ਨਾ ਐਨਲਿਸਿਸ ਕਰਨਾ ਉਹ ਤਾਂ ਬਹੁਤ ਹੈ ਕਿਤਾਬਾਂ ਭਰੀਆਂ ਪਈਆਂ ਨੇ ਗ੍ਰੰਥ ਸਾਹਿਬ ਤੇ ਬਹੁਤ ਕਿਤਾਬਾਂ ਲਿਖਤੀਆਂ ਲੋਕਾਂ ਨੇ ਜਿਹੜਾ ਅਨੁਭਵ ਹੈ ਕਿ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਮੇਸ਼ਾ ਬੰਦੇ ਦਾ ਬਾਹਰ ਨੂੰ ਭਜਦਾ ਹੈ ਉਹ ਆਪਣੇ ਆਪ ਨੂੰ ਨਹੀਂ ਪਛਾਣਨਾ ਚਾਹੁੰਦਾ ਅਸਲ ਵਿੱਚ ਗ੍ਰੰਥ ਸਾਹਿਬ ਦੇ ਵਿੱਚ ਇਹੀ ਸਬਕ ਹੈ ਸਿਰਫ ਇੱਕ ਗੁਰੂ ਗ੍ਰੰਥ ਗੁਰੂ ਨਾਨਕ ਦੇਵ ਜੀ ਨੇ ਤਾਂ ਕਿਹੇ ਮੋੜ ਹੈ ਇਹ ਅੰਦਰ ਨੂੰ ਹੈ ਸਾਰਾ ਕੁਝ ਬਾਹਰ ਤਾਂ ਉਹਨਾਂ ਨੇ ਗੱਲ ਹੀ ਬਹੁਤ ਥੋੜੀ ਕਰੀ ਹੈ ਬਾਹਰ ਤਾਂ ਉਹਨਾਂ ਨੇ ਕਿਹਾ ਵੀ ਕੂੜ ਹੀ ਹੈ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਫਿਰ ਐ ਕੀ ਕਿਹਾ ਮੈਨੂੰ ਦੱਸੋ ਨਾ ਉਹ ਕਹਿੰਦੇ ਕਿ ਭਾਈ ਆਪਣੇ ਆਪ ਨੂੰ ਤੁਸੀਂ ਪਛਾਣੋ ਸਾਡੇ ਉਲਟ ਹੋਇਆ ਅਸੀਂ ਪੁਜਾਰੀਵਾਦ ਚ ਪੈ ਗਏ ਜਿਹੜਾ ਸਿੱਖੀ ਦਾ ਸਾਡਾ ਹੁਣ ਪ੍ਰਚਲਨ ਹੈ ਇਹ ਮੇਰੇ ਖਿਆਲ ਬ੍ਰਾਹਮਣਵਾਦ ਨਾਲੋਂ ਕੋਈ ਡਿਫਰੈਂਟ ਨਹੀਂ ਹੈ ਪੁਜਾਰੀ ਨੇ ਉਹਨਾਂ ਦਾ ਰਾਜ ਹੈ ਅਰ ਵਹਿਮ ਪਾਲਦੇ ਨੇ ਵਹਿਮ ਫੁਲਾਉਂਦੇ ਨੇ ਉਹ ਜਿਹੜੀਆਂ ਵਹਿਮਾਂ ਦੇ ਖਿਲਾਫ ਲੜਾਈ ਲੜੀ ਸੀ ਸਿੱਖ ਸਿੱਖੀ ਲਫ਼ਜ਼ ਇੱਥੋਂ ਆਇਆ ਸੀ ਕਿ ਜਿਹੜਾ ਸਿੱਖਦਾ ਹੀ ਰਹਿੰਦਾ ਸਿੱਖੂ ਉਹ ਉਹ ਜਿਹਨੂੰ ਇਹ ਲੱਗੇ ਕਿ ਮੇਰੇ ਚ ਕੋਈ ਯਾਰ ਕੋਈ ਥੋੜੀ ਬਹੁਤ ਕਮੀ ਹੈ ਮੈਂ ਹੋਰ ਸਿੱਖ ਲਾਂ ਜਿਹੜਾ ਭਰਿਆ ਫਿਰਦਾ ਹੰਕਾਰ ਨਾਲ ਦੂਜਿਆਂ ਨੂੰ ਸਿਖਾਉਂਦਾ ਜਾਂ ਮੈਂ ਹੀ ਜਿਵੇਂ ਐਸੇ ਤੇ ਹੰਕਾਰ ਕਰਨ ਲੱਗ ਜਾ ਕਿ ਮੈਨੂੰ ਬਹੁਤ ਗਿਆਨ ਹੈ ਜਿਹਦਾ ਮੈਂ ਤੁਸੀਂ ਇੰਨੇ ਹੋ ਗਏ ਸੋ ਇਹ ਇਹ ਬਹੁਤ ਵੱਡੀ ਪਰੰਪਰਾ ਹੈ ਪੰਜਾਬ ਦੀ ਤਾਂ ਖਾਸ ਕਰਕੇ ਮਤਲਬ ਇੱਥੇ ਤੁਸੀਂ ਦੇਖੋ ਨਾ ਜੈਨੀ ਵੀ ਬੋਧੀ ਵੀ ਵੈਦਿਕ ਅਧਵਾਇਤ ਇਸ ਵਿੱਚ ਸੂਫੀ ਵੀ ਯੋਗੀ ਵੀ ਤੇ ਬਾਅਦ ਸਿੱਖੇ ਜਮ ਪਰ ਉਹ ਇੰਨੀ ਕ੍ਰਿਸਟਲਾਈਜ਼ਡ ਫਾਰਮ ਜਿਸਮਝਾਈ ਹੋਈ ਹੈ ਗੁਰੂ ਨਾਨਕ ਦੇਵ ਨੇ ਤੇ ਬਾਕੀ ਗੁਰੂਆਂ ਨੇ ਉਹ ਤਾਂ ਕੋਈ ਮਸਲਾ ਹੀ ਕੋਈ ਨਹੀਂ ਔਰ ਤੁਸੀਂ ਦੇਖੋ ਨਾ 10ਵੀਂ ਸਦੀ ਤੋਂ ਮਤਲਬ 14ਵੀਂ ਸਦੀ ਦੇ ਵਿੱਚ ਆ ਕੇ ਉਹਨਾਂ ਨੇ 300 ਸਾਲਾਂ ਦਾ ਜਿਹੜਾ ਹੈਰੀਟੇਜ ਸੀਗਾ ਭਗਤੀ ਮੂਵਮੈਂਟ ਦਾ ਰਾਮਾਨੰਦ ਦੀ ਲਹਿਰ ਜਿਹੜੀ ਚੱਲੀ ਕਬੀਰ ਰਵਿਦਾਸ ਉਹ ਸਾਰਿਆਂ ਦੀ ਬਾਣੀ ਦਰਜ ਹੈ ਸਾਰੇ ਇਹੀ ਗੱਲ ਕਹਿ ਰਹੇ ਨੇ ਕਿ ਭਾਈ ਆਪਣੇ ਆਪ ਨੂੰ ਪਛਾਣੋ ਅੱਛਾ ਉਹ ਪ੍ਰੋਬਲਮ ਇਹ ਹੋ ਗਈ ਕਿ ਉਧਰਲੇ ਪਾਸੇ ਕੋਈ ਤੁਰਦਾ ਨਹੀਂ ਉਹ ਔਖਾ ਰਸਤਾ ਹੈ ਮੈਂ ਮਾਰਨੀ ਤਾਂ ਸਭ ਤੋਂ ਔਖੀ ਹੈ ਥੋੜੇ ਜੇ ਤੁਸੀਂ ਪਜਾਮੀ ਜੀ ਪਾਓ ਬਾਜਾ ਜਿਹਾ ਸਿੱਖ ਲਓ ਤੁਹਾਡੇ ਗੋਡੇ ਲੋਕ ਕੁੱਟਣ ਲੱਗ ਜਾਂਦੇ ਨੇ ਹੰਕਾਰ ਆ ਜਾਂਦਾ ਉਹ ਮਤਲਬ ਉਨੀ ਕਿਸ਼ਰਦਾਲੂਆਂ ਦੇ ਨਾਲ ਆਪਾਂ ਦੇਖਿਆ ਥੋਂ ਥੋਂ ਡੇਰੇ ਕੁੱਲੇ ਫਿਰਦੇ ਨੇ ਪਰ ਫਿਰ ਵੀ ਮੈਂ ਸਮਝਦਾ ਜਿੰਨਾ ਕੁ ਵੀ ਉਹ ਪੋਜ਼ਿਟਿਵ ਰੋਲ ਪਲੇ ਕਰਦੇ ਨੇ ਉਹਨੂੰ ਵੀ ਨਾਲ ਲੈ ਲੈਣਾ ਚਾਹੀਦਾ ਹੈ ਮਤਲਬ ਉਹ ਫਿਰ ਝਗੜਿਆਂ 'ਚ ਪੈ ਜਾਂਦੇ ਨੇ ਉਹ ਚੋਂ 네ਗੈਟਿਵਿਟੀ ਕਲੇਸ਼ ਨਿਕਲੇ ਆਉਂਦਾ ਉਹੀ ਮਾਨਸਿਕ ਡਿਸਫੰਕਸ਼ਨ ਹੈ ਜਿਹੜਾ ਮਨ ਦਾ ਮੈਂਟਲ ਡਿਸਫੰਕਸ਼ਨ ਸ਼ੁਰੂ ਹੋ ਜਾਂਦਾ ਹੈ ਉਹ ਕਮਲੇਪਨ ਨੂੰ ਸਿਆਣ ਸਮਝੀ ਜਾਂਦੇ ਨੇ ਪਰ ਇਹਦੇ ਚ ਵੀ ਡਾਕਟਰ ਸਾਹਿਬ ਇੱਕ ਗੱਲ ਹੈ ਕਿ ਜਿਨ੍ਹਾਂ ਆਪਾਂ ਸ਼ਖਸੀਤਾਂ ਦਾ ਜ਼ਿਕਰ ਕਰ ਰਹੇ ਹਾਂ ਜਾਂ ਪੂਰੇ ਸੰਸਾਰ ਦੇ ਵਿੱਚ ਜਿਹੜੇ ਇਸ ਤਰ੍ਹਾਂ ਵਿਚਾਰ ਦੇ ਲੋਕ ਨੇ ਉਹ ਉਹ ਵੀ ਇੱਕ ਇਸ ਫੈਕਟਰ ਦੇ ਵਿੱਚ ਫਸੇ ਹੋ ਜਾਂਦੇ ਨੇ ਇੱਕ ਦੂਜੇ ਨਾਲ ਟੱਕਰਾਂ ਮਾਰਨ ਲੱਗੇ ਹੋਏ ਨੇ ਉਹ ਅਸਲ ਗੱਲ ਤਾਂ ਉਹ ਵੀ ਨਹੀਂ ਜਾਣਦੇ ਹੈਗੇ ਜੋ ਕੁਝ ਜਿਹੜੀ ਇਨਫੋਰਮੇਸ਼ਨ ਹੁਣ ਤੱਕ ਆਈ ਹੈ ਉਸ ਇਨਫੋਰਮੇਸ਼ਨ ਦੇ ਆਧਾਰ ਦੇ ਉੱਪਰ ਉਹਨਾਂ ਦਾ ਉਭਾਰ ਹੋਇਆ ਤੇ ਉਸੇ ਇਨਫੋਰਮੇਸ਼ਨ ਨੂੰ ਆਧਾਰ ਬਣਾ ਕੇ ਇੱਕ ਦੂਜੇ ਦੇ ਨਾਲ ਲੜ ਰਹੇ ਨੇ ਉਹ ਇਸ ਤੋਂ ਅੱਗੇ ਦੀ ਕੋਈ ਗੱਲ ਤਾਂ ਹੈ ਨਹੀਂ ਕਿਸੇ ਕੋਲ ਪੰਗੂ ਸਾਹਿਬੇ ਇਵੇਂ ਹੀ ਹੁੰਦਾ ਐ ਐਕਚੁਅਲੀ ਜਿਹੜਾ ਸਾਡੀ ਚੇਤਨਾ ਦਾ ਵਿਕਾਸ ਹੈ ਨਾ ਉਹ ਸਰਿੰਗ ਚ ਹੁੰਦਾ ਦੁੱਖ ਚ ਹੁੰਦਾ ਜਿਹੜਾ ਲਿਖਿਆ ਨਾ ਦੁੱਖ दारू ਸੁਖ ਰੋਗ ਪਿਓ ਉਹਦਾ ਮਤਲਬ ਇਹੀ ਹੈ ਅਸਲ ਦੇ ਵਿੱਚ ਦੇਖੋ ਜਦੋਂ ਜਦੋਂ ਵੀ ਬਹੁਤ ਇੰਤਹਾ ਹੋਈ ਹੈ ਨਾ ਉਦੋਂ ਹੀ ਕੋਈ ਨਾ ਕੋਈ ਮਤਲਬ ਐਸਾ ਮੈਸੇਂਜਰ ਪੈਗੰਬਰ ਪ੍ਰਗਟ ਹੋਇਆ ਜਿਵੇਂ ਗੁਰੂ ਨਾਨਕ ਦੇਵ ਜੀ ਤੁਸੀਂ ਦੇਖੋ ਨਾ ਉਸ ਟਾਈਮ ਬਾਬਰ ਆਇਆ ਬਾਬਰ ਦੇ ਟਾਈਮ ਲਾਹੌਰ ਦੇ ਵਿੱਚ ਜਿਸ ਤਰ੍ਹਾਂ ਕਤਲੇਆਮ ਹੋਇਆ ਪਿੰਡਾਂ ਦੇ ਵਿੱਚ ਮਤਲਬ ਜਿਹੜੀ ਬਾਬਰ ਬਾਣੀ ਲਿਖੀ ਗਈ ਹੈ ਤੁਸੀਂ ਪੜ੍ਹ ਕੇ ਦੇਖੋ ਨਾ ਕਿ ਤੁਹਾਨੂੰ ਆਈ ਲੱਗਦਾ ਕਿ ਇਨਸਾਨ ਇੰਨਾ ਗਿਰ ਵੀ ਸਕਦਾ ਹੈ ਫਿਰ ਉਹਨਾਂ ਨੇ ਖੱਤਰੀਆਂ ਬ੍ਰਾਹਮਣਾਂ ਬਾਰੇ ਲਿਖਿਆ ਜਿਨ੍ਹਾਂ ਨੇ ਪ੍ਰੋਟੈਕਟ ਕਰਨਾ ਸੀ ਦੂਜੇ ਲੋਕਾਂ ਨੂੰ ਜਾਤ ਪਾਤ ਦੇ ਵਿੱਚ ਹਨ ਗਿਆ ਖੱਤਰੀਆਂ ਆਪਣਾ ਧਰਮ ਛੋਟਿਆ ਬ੍ਰਾਹਮਣਾਂ ਬਾਰੇ ਲਿਖਿਆ ਕਿ ਕਰ ਕਰਮੀਆਂ ਸਭ ਨਾਲ ਜਿਹਾ ਮਤਲਬ ਉਹ ਤੁਸੀਂ ਜੇ ਪੜ ਕੇ ਦੇਖੋਗੇ ਉਸ ਟਾਈਮ ਦੇ ਹਾਲਾਤ ਨੇ ਨਾ ਜਿਹੜੇ ਉਹਨਾਂ ਨੇ ਮਤਲਬ ਜਿਹੜਾ ਕੋਡ ਫਰੇ ਪ੍ਰਧਾਨ ਲਿਖਿਆ ਉਹਦੇ ਚੋਂ ਹੀ ਉਹਨਦੀ ਚੇਤਨਾ ਜਾਗੀ ਕਿ ਆ ਸਾਰਾ ਕੁਝ ਜਿਹੜਾ ਬਕਵਾਸ ਇਹ ਤਾਂ ਇਰੈਲੇਵੈਂਟ ਹੈ ਦਾ ਮਤਲਬ ਜੀਵਨ ਦਾ ਤਾਂ ਤਤ ਹੋਰ ਹੈ ਕੋਈ ਫਿਰ ਉਹ ਉਹਨਾਂ ਨੇ ਉਹ ਗੱਲ કરી ਏਵੇਂ ਮਹਾਤਮਾ ਬੁੱਧ ਦੇ ਟਾਈਮ ਸੀ ਏਵੇਂ ਜਿਹੜੀ ਆ ਮਹਾਭਾਰਤ ਦੇ ਵਿੱਚੋਂ ਗੀਤਾ ਨਿਕਲੀ ਸੋ ਇਹ ਜਦੋਂ ਇੰਤਹਾ ਹੋ ਜਾਂਦੀ ਹੈ ਨਾ ਇਨਸਾਨ ਜਾਗਦਾ ਵੀ ਉਦੋਂ ਨਹੀਂ ਹੈ ਚੇਤਨਾ ਜਾਗਦੀ ਉਦੋਂ ਨਹੀਂ ਹੈ ਹੁਣ ਮਤਲਬ ਅਸੀਂ ਉਹ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਫਸੇ ਹੋਏ ਹਾਂ ਵਰਲਡ ਲੈਵਲ ਤੇ ਮਤਲਬ ਮਨੁੱਖਾਂ ਨੇ ਬਚਣਾ ਹੈ ਕਿ ਨਹੀਂ ਬਚਣਾ ਇਹ ਸਵਾਲ ਖੜਾ ਹੋ ਗਿਆ ਹੁਣ ਕਿ ਜਿਹੜੀ ਸਿਵਲਾਈਜੇਸ਼ਨ ਇਸ ਕੰਡੇ ਤੇ ਪਹੁੰਚ ਗਈ ਹੈ ਕਿ ਮਨੁੱਖਤਾ ਬਚੂਗੀ ਜਾਂ ਪਲੈਨਟ ਬਚੂਗਾ ਜਾਂ ਨਹੀਂ ਔਰ ਜਿਹੜੇ G20 ਵਗੈਰਾ ਰੋਲਰਪਪਾ ਪਾਉਂਦੇ ਫਿਰਦੇ ਨੇ ਉਹਨਾਂ ਨੂੰ ਦਿਖਦਾ ਰਹੀ ਹੈ ਮੌਤ ਸਾਹਮਣੇ ਪਰ ਉਹਦੇ ਚੋਂ ਹੀ ਹੋਰ ਕਮਾਈ ਕਰਨ ਦੇ ਸਾਧਨ ਲੱਭਦੇ ਨੇ ਮਤਲਬ ਉਸੇ ਵਿੱਚੋਂ ਉਸੇ ਹੀ ਰਸਤੇ ਤੇ ਹੋਰ ਅੱਗੇ ਨੂੰ ਤੁਰੇ ਜਾ ਰਹੇ ਨੇ ਜਿਹੜਾ ਬਲਾਈਂਡ ਰਸਤਾ ਹੈ ਅੱਗੋਂ ਬਿਲਕੁਲ ਦਿਖ ਰਿਹਾ ਹੈ ਸਾਰਾ ਸੋ ਇਹ ਇੱਕ ਮੌਕਾ ਹੈ ਜਾਗਣ ਦਾ ਸਾਰਿਆਂ ਦੇ ਲਈ ਔਰ ਬਹੁਤ ਵੱਡਾ ਵਿਰਸਾ ਪੰਜਾਬ ਦਾ ਤਾਂ ਬਹੁਤ ਰੋਹਾਨੀ ਵਿਰਸਾ ਬਹੁਤ ਅਮੀਰ ਹੈ ਸੋ ਉਹਨੂੰ ਜੇ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰਨ ਥੋੜਾ ਜਿਹਾ ਜਾਗਣ ਪਰ ਉਹ ਜਿਹੜਾ ਉਹ ਚ ਲਿਖਿਆ ਹੈ ਨਾ ਕਿ ਬਿਰਲਾ ਬੂਝੇ ਕੋਈ ਪਰ ਉਹ ਮਾਸਬ 스ਕੇਲ ਤੇ ਵੀ ਹੋ ਸਕਦਾ ਹੈ ਜੇ ਕੋਈ ਆਪਣੇ ਆਪ ਨੂੰ ਇਸ ਤਰੀਕੇ ਦੇ ਨਾਲ ਸੁਧਾਰੇ ਬਹੁਤ ਸਾਰੇ ਲੋਕ ਲੱਗੇ ਹੋਏ ਨੇ ਮੈਂ ਬਹੁਤ ਸਾਰਿਆਂ ਨੂੰ ਜਾਣਦਾ ਕਿ ਜਿਹੜੇ ਆਪਣਾ ਪਬਲਿਕ ਦੇ ਵਿੱਚ ਬੜਾ ਦਿਖਾਵਾ ਨਹੀਂ ਕਰਦੇ ਫਿਰਦੇ ਵਰਤੀਆਂ ਪਾ ਕੇ ਪਰ ਬਹੁਤ ਸਾਰੇ ਤੁਹਾਨੂੰ ਰੋਹਾਨੀ ਬੰਦੇ ਮਿਲ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਤਤ ਹੈਗਾ ਔਰ ਬਹੁਤ ਆਪਣੇ ਅੰਦਰੋਂ ਹੀ ਅੰਤਰ ਸ਼ੁੱਧਤਾ ਨਾਲ ਹੀ ਮਤਲਬ ਚੰਗਾ ਵੀ ਮਾਹੌਲ ਕ੍ਰੀਏਟ ਕਰ ਰਹੇ ਨੇ ਲੋਕਾਂ 'ਚ ਬਹੁਤ ਸਾਰਾ ਕੰਪੈਸ਼ਨ ਦਇਆ ਭਾਵ ਵੀ ਜਾਗ ਰਿਹਾ ਹੈ ਐਸੀ ਗੱਲ ਨਹੀਂ ਹੈ ਪਰ ਇੰਸਟੀਚੂਨਸ ਨੇ ਜਿਹੜੀਆਂ ਹੁਣ ਇਸ ਟਾਈਮ ਦੀਆਂ ਉਹ ਤਾਂ ਡਿਸਕਾਰਡ ਹੋਣਗੀਆਂ ਲੋਕਾਂ ਨੂੰ ਸਰਕਾਰ ਤੋਂ ਕੋਈ ਆਸ ਰੱਖਣ ਦੇ ਲੋਕ ਲੋੜ ਨਹੀਂ ਲੋਕਾਂ ਨੂੰ ਮਾਰਕੀਟ ਤੋਂ ਆਸ ਰੱਖਣ ਦੇ ਲੋੜ ਨਹੀਂ ਜਿਵੇਂ ਕੈਮਿਸਟ ਨੇ ਜਾਂ ਹੋਰ ਜਿਹੜੀਆਂ ਮਤਲਬੇ ਨੈਟਵਰਕ ਬਣੇ ਹੋਣੇ ਡਿਸਟ੍ਰਿਬਿਊਸ਼ਨ ਦੇ ਇਹ ਤਾਂ ਇਸੇ ਤੇ ਹੀ ਪੜ ਰਹੇ ਨੇ ਇਹ ਲੋਕਾਂ ਦੀ ਸਿਹਤ ਨੂੰ ਖਰਾਬ ਕਰਨ ਤੇ ਪੜ ਰਹੇ ਨੇ ਲੋਕਾਂ ਦੀ ਮਾਨਸਿਕ ਸਿਹਤ ਨੂੰ ਮਤਲਬ ਖਰਾਬ ਕਰਨ ਤੇ ਪੜ ਰਹੇ ਨੇ ਇਹ ਮੈਂਟਲ ਹੈਲਥ ਦਾ ਵੀ ਇਸ਼ੂ ਹੈ ਨਸ਼ੇ ਨੇ ਜਿਹੜੇ ਪਰ ਸਿਰਫ ਮੈਂਟਲ ਹੈਲਥ ਦਾ ਇਸ਼ੂ ਨਹੀਂ ਹੈ ਜਿਸ ਤਰ੍ਹਾਂ ਡੀਲ ਕਰਿਆ ਵੀ ਗਿਆ ਤਾਂ ਥੋੜੀ ਦੇਰ ਬਾਅਦ ਕੋਈ ਹੋਰ ਨਸ਼ਾ ਆ ਜਾਊਗਾ ਸੋ ਇਹ ਇਹ ਇੱਕ ਬਹੁਤ ਵੱਡੀ ਮਤਲਬ ਚੁਣੌਤੀ ਹੈ ਸਾਰਿਆਂ ਦੇ ਸਾਹਮਣੇ ਆਪਣੇ ਸਾਰਿਆਂ ਦੇ ਸਾਹਮਣੇ ਹੀ ਹੈ ਔਰ ਸਾਰਿਆਂ ਨੂੰ ਜਿੰਨੇ ਜਿੰਨੇ ਕੋਈ ਕੋ ਯਤਨ ਕਰ ਸਕਦਾ ਹੈ ਪੋਜੀਟਿਵਲੀ ਕਰਨਾ ਚਾਹੀਦਾ ਹੈ ਕਿ ਪਹਿਲਾਂ ਤਾਂ ਆਪਣੇ ਆਪ ਨੂੰ ਪਛਾਣੋ ਤੁਹਾਨੂੰ ਕਿਵੇਂ ਕੋਈ ਨਸ਼ਾ ਮਤਲਬ ਕਿਵੇਂ ਕੋਈ ਘੇਰ ਸਕਦਾ ਹੈ ਐਡਿਕਸ਼ਨ ਕਿਵੇਂ ਹੋ ਸਕਦੀ ਹੈ ਜੇ ਤੁਸੀਂ ਜਾਗਰਤ ਹੋ ਤਾਂ ਪਰ ਉਹ ਸ਼ਕਤੀ ਦੇ ਅੰਦਰ ਜਾਗਦੇ ਨਹੀਂ ਇਸ ਕਰਕੇ ਉਹ ਬੇਵੱਸ ਹੋ ਜਾਂਦੇ ਨੇ ਉਹਦੇ ਅੱਗੇ ਔਰ ਯੂਥ ਦੇ ਵਿੱਚ ਪਾਰਟਿਕੂਲਰ ਪ੍ਰੋਬਲਮ ਹੈ ਉਹਨਾਂ ਦੀ मीनिंगफुल ਲਾਈਫ ਦਾ ਸੀ ਉਹਨਾਂ ਨੂੰ ਕੋਈ ਡ੍ਰੀਮ ਦੇ ਹੀ ਨਹੀਂ ਸਕੇ ਜਿਹੜਾ ਥੋੜਾ ਜਿਹਾ ਦੇ ਵੀ ਰਹੇ ਆ ਉਹਦੇ ਤੇ ਅਸੀਂ ਪੜ ਰਹੇ ਆ ਨੁਕਤੀ ਪੱਤਰ ਵੰਡ ਕੇ ਅਸੀਂ ਆਪਣੀ ਸੋਭਾ ਵਧਾਉਣੇ ਆ ਆਪਣੇ ਹੰਕਾਰ ਨੂੰ ਪੱਠੇ ਪਾਉਣੇ ਆ ਉਹਨਾਂ ਨੂੰ ਛੋਟੇ ਕਰ ਦਿੰਨੇ ਆ ਸਗੋਂ ਜੀ ਸੋ ਸੋ ਇਹ ਇੱਕ ਸਮੱਸਿਆ ਹੈ ਬਹੁਤ ਵੱਡੀ ਕਿ ਅਸੀਂ ਉਹਨਾਂ ਦੇ ਵਿੱਚ ਇੱਕ ਇਨਸਾਨ ਹੈ ਜਿਹੜਾ ਉਹ ਦੁਆਏ ਦੇ ਵਿੱਚ ਆਪਣੇ ਆਪ ਨੂੰ ਨਹੀਂ ਦੇਖ ਰਿਹਾ ਕਿ ਇਹ ਵੀ ਮੇਰੇ ਵਰਗਾ ਹੀ ਹੈ ਮੇਰਾ ਹੀ ਰੂਪ ਹੈ ਜੀ ਇੰਨਾ ਪ੍ਰੇਮ ਕਰਨ ਮਾਪੇ ਵੀ ਬੱਚੇ ਵੀ ਯੂਥ ਵੀ ਬੰਦੇ ਵੀ ਇੱਕ ਦੂਜੇ ਨੂੰ ਫਿਰ ਤਾਂ ਮਸਲਾ ਹੀ ਕੋਈ ਨਹੀਂ ਹੈ ਪਰ ਸਿੱਖੀ ਦਾ ਇਹੀ ਹੈ ਉਹ ਤਾਂ ਉਹ ਕਹਿੰਦੇ ਆਂ ਚ ਕੀ ਉਹ ਤਾਂ ਲਿਖਿਆ ਵੀ ਅਲਕਪਾਤ ਹੋਏ ਪਸਰਿਆ ਨਾਨਕੀ ਕਮਕਾਰ ਉਹ ਕਹਿੰਦੇ ਸਾਰਿਆਂ 'ਚ ਤੁਸੀਂ ਇੱਕੋ ਹੀ ਚੇਤਨਾ ਐ ਅਸਲ ਵਿੱਚ ਅੱਛਾ ਅਸੀਂ ਸੁੱਤੇ ਪਏ ਆਂ ਜਾਂ ਸਾਡੀ ਅਧੂਰੀ ਐ ਚੇਤਨਾ ਉਸ ਹੱਬ ਦੇ ਨਾਲ ਜਿਹੜੀ ਜਿਹੜੀ ਉਹਨਾਂ ਨੇ ਦਿੱਤੀ ਜਗਾਈ ਜਿਹੜੀ ਚੇਤਨਾ ਤੁਸੀਂ ਦੇਖੋ ਨਾ ਜਿੰਨੀਆਂ ਕੁਰਬਾਨੀਆਂ ਕਰੀਆਂ ਉਹ ਐਵੇਂ ਥੋੜੋ ਹੋ ਜਾਂਦੀਆਂ ਨਹੀਂ ਕਿਉਂ ਨਹੀਂ ਬੰਦਾ ਰਾਮ ਨਾਲ ਹੀ ਸੌਦਾ ਕਰ ਲੈਂਦਾ ਹੁਣ ਆਪਣੇ ਸਾਹਮਣੇ ਹੋ ਹੀ ਰਹੇ ਨੇ ਮੜ ਜ ਈਡੀ ਦਾ ਛਾਪਾ ਪੈ ਜਾਵੇ ਲੋਕ ਕੰਬਣ ਲੱਗ ਜਾਂਦੇ ਨੇ ਪਾਰਟੀ ਬਦਲ ਲੈਂਦੇ ਨੇ ਤੇ ਉਥੇ ਨਹੀਂ ਬਦਲੀਆਂ ਲੋਕਾਂ ਨੇ ਸਿਰ ਦੇ ਇੱਤੇ ਹੂੰ ਉਹ ਕਿਹੜੀ ਚੇਤਨਾ ਸੀ ਜਿਨੇ ਇੰਨੀ ਸ਼ਕਤੀ ਦਿੱਤੀ ਅਸੀਂ ਉਹਨੂੰ ਨਹੀਂ ਪਛਾਣਦੇ ਪਰ ਕੋਈ ਗੱਲ ਨਹੀਂ ਭੰਗੂ ਸਾਹਿਬ ਇਹ ਦੇਖੋ ਸੰਕਟ ਵੱਡਾ ਹੈ ਪਰ ਇਹ ਵੀ ਲੋਕ ਵੀ ਵੱਡੇ ਹੀ ਹੁੰਦੇ ਨੇ ਐਸੀ ਗੱਲ ਨਹੀਂ ਚੇਤਨਾ ਉਹ ਤੋਂ ਵੀ ਵੱਡੀ ਹੁੰਦੀ ਹੈ ਜਾਗ ਰਹੇ ਨੇ ਲੋਕ ਹੂੰ ਸਰ ਜਾਗਰਤੀ ਆਊਗੀ ਔਰ ਜਿਹੜਾ ਆ ਕੂੜ ਕਬਾੜ ਟੈਟ ਹੋ ਜਾਊਗਾ ਇਹਨਾਂ ਨੇ ਕਿਨੇ ਖੜਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਨਸ਼ਾ ਮੁਕਤ ਕਰਦਾਂਗੇ ਫਲਾਣਾ ਕਰਦਾਂਗੇ ਇਹੀ ਤਾਂ ਵਿਚਾਰੇ ਪਾਲਣਹਾਰ ਨੇ ਸਾਰੇ ਕਾਸੇ ਦੇ ਜੀ ਉਹਨਾਂ ਤੋਂ ਹੀ ਫੰਡ ਲੈ ਕੇ ਤਾਂ ਇਲੈਕਸ਼ਨ ਆਰਡਰ ਦੇ ਨੇ ਗਰੀਬ ਹਾਂ ਬਿਲਕੁਲ ਬਿਲਕੁਲ ਉਹ ਇਸ ਕਰਕੇ ਤਾਂ ਰਾਜਜੀਤ ਨੂੰ ਖੜ ਲੈਣ ਇੰਨਾ ਹੀ ਬਹੁਤ ਹੈ ਮਤਲਬ ਇਹਨਾਂ ਦਾ ਇਹ ਇਹਨਾਂ ਦੇ ਵੱਸ ਨਹੀਂ ਹੈ ਇਹ ਹੋਰ ਕਿਸਮ ਦੇ ਨਸ਼ੇ 'ਚ ਹੰਕਾਰ ਦੇ ਪਾਵਰ ਦੇ ਸੱਤਾ ਦੇ ਨਸ਼ੇ 'ਚ ਆਦੀ ਹੋਏ ਹੋਏ ਨੇ ਇਹ ਵੀ ਨਸ਼ਾ ਹੈ ਉਹਦਾ ਹੋਰ ਰੂਪ ਹੈ ਥੋੜਾ ਪਰ ਇਹ ਕਿ ਸਾਡੇ ਵਿਕਾਸ ਦਾ ਦੌਰ ਐਸਾ ਹੈ ਇਹ ਸੈਂਟੀਫਿਕਲੀ ਵੀ ਪ੍ਰੂਵਨ ਹੈ ਕਿ ਅਸੀਂ ਮਾਨਸਿਕ ਵਿਕਾਸ ਸਾਡਾ ਜ਼ਿਆਦਾ ਹੋ ਗਿਆ ਹੈ ਸਰੀਰਕ ਘਟ ਹੈ ਹੁਣ ਤੁਸੀਂ ਕਦੇ ਵੀ ਦੇਖਣਾ ਆਪਣੀ ਜ਼ਿੰਦਗੀ ਚ ਵੀ ਕਰਕੇ ਦੇਖਣਾ ਜਦ ਤੁਸੀਂ ਬਹੁਤ ਫਰਸਟ੍ਰੇਟਡ ਹੋਵੋ ਜਦੋਂ ਬਹੁਤ ਥਾਟਸ ਆ ਰਹੀਆਂ ਹੁਣ 네ਗੇਟਿਵ ਤੁਸੀਂ ਕੋਈ ਕੰਮ ਕਰਨ ਲੱਗ ਜਾਓ ਫਿਜ਼ੀਕਲੀ ਤੁਹਾਡੀ એનર્ਜੀ ਮਾਈਂਡ ਤੋਂ ਸਰੀਰ ਦੇ ਵਿੱਚ ਚਲੀ ਜਾਊਗੀ ਅਰ ਤੁਹਾਡਾ ਮਾਈਂਡ ਹੈ ਜਿਹੜਾ ਸਲੋ ਹੋ ਜਾਊਗਾ ਸਾਡੇ ਅਸਲ 'ਚ ਇਹ ਹੈ ਕਿ ਫਿਜ਼ੀਕਲ ਜਿਹੜੀ ਕਿਰਤ ਦਾ ਕਿਹਾ ਸੀ ਨਾ ਗੁਰੂ ਨਾਨਕ ਦੇਵ ਜੀ ਨੇ ਉਹ ਤਾਂ ਅਸੀਂ ਛੱਡ ਹੀ ਦਿੱਤੀ ਜਮਾ ਸਰੀਰ ਦੀ ਜਿਹੜੀ ਸਰੀਰਕ ਕਿਰਤ ਹੈ ਜਿਹੜੀ ਫਿਜ਼ੀਕਲ ਕਿਰਤ ਹੈ ਪ੍ਰੋਡਕਟਿਵ ਕਿਰਤ ਹੈ ਜਿਹੜੀ ਚੰਗੇ ਐਟੀਟਿਊਡ ਨਾਲ ਕਰਨੀ ਹੈ ਕਿਰਤ ਦਾ ਮਤਲਬ ਇਹ ਹੈ ਕਿ ਤੁਸੀਂ ਅਸਲ ਦੇ ਵਿੱਚ ਕੋਈ ਸੇਵਾ ਕਰ ਰਹੇ ਹੋ ਹੁਣ ਤਾਂ ਕਿਰਤ ਹੈ ਜਿਹੜੀ ਉਹ ਡਰਜਰੀ ਜਾਂ ਵਿਗਾਰ ਦੇ ਤੌਰ ਤੇ ਕਰੀ ਜਾਂਦੀ ਹੈ ਸੋ ਇਹ ਇੱਕ ਬੜਾ ਵੱਡਾ ਜਿਹੜਾ ਪ੍ਰਿੰਸੀਪਲ ਸੀਗਾ ਨਾ ਵੀ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਤਿੰਨ ਲੈਵਲ ਨੇ ਉਹਦੇ ਇਰਤ ਨਾਲ ਸਰੀਰ ਠੀਕ ਰਹਿੰਦਾ ਵੰਡ ਛਕਣ ਨਾਲ ਸਮਾਜ ਠੀਕ ਰਹਿੰਦਾ ਨਾਮ ਜਪਣ ਨਾਲ ਮਨ ਠੀਕ ਰਹਿੰਦਾ ਆ ਤਿੰਨ ਮੰਤਰ ਦਿੱਤੇ ਸੀ ਕੋਈ ਨਹੀਂ ਕਰਦਾ ਤਿੰਨ ਦੂਜਿਆਂ ਨੂੰ ਦੱਸੀ ਜਾਂਦੇ ਸੀ ਸਾਰਿਆਂ ਨੂੰ ਤੁਸੀਂ ਸਹੀ ਫਰਮਾਇਆ ਗੱਲਾਂ ਬੜੀਆਂ ਨੇ ਪਰ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਇਹਨਾਂ ਗੱਲਾਂ ਤੱਕ ਕਿੱਥੇ ਕਿਸੇ ਨੇ ਜਾਣਾਂ ਨਾਨਾ ਸਾਹ ਰੋਕਣ ਵਾਲੇ ਨੇ ਜਾਣਾਂ ਨਾਨਾ ਸਵੇਚਣ ਵਾਲੇ ਨੇ ਜਾਣਾਂ ਉਹ ਤਾਂ ਹੋਰੇ ਦੁਨੀਆ ਚ ਚਿਹਰੇ ਕਰਦੇ ਨੇ ਨਹੀਂ ਨਹੀਂ ਜਾਣ ਜਿਹੜੇ ਦੁਖੀ ਨੇ ਉਹ ਜਾਣਗੇ ਜੀ ਇਦਾਂ ਜੀਵਨ ਬਹੁਤ ਕੀਮਤੀ ਹੈ ਇਦਾਂ ਨਹੀਂ ਕਮਾਏ ਜਾਂਦੇ ਸਾਡੇ ਸਾਹਮਣੇ ਕਮਾਏ ਜਾ ਰਹੇ ਨੇ ਪਰ ਸਾਰੇ ਨਹੀਂ ਕਮਾਉਣਗੇ ਬਹੁਤ ਸਾਰੇ ਜਿਨ੍ਹਾਂ ਨੇ ਨਸ਼ੇ ਛੱਡੇ ਨੇ ਉਹ ਠੀਕ ਰਸਤੇ ਤੇ ਵੀ ਆਏ ਨੇ ਬਹੁਤ ਸਾਰੇ ਹਮ ਸਰਕਾਰਾਂ ਨਹੀਂ ਉਹਨਾਂ ਨੂੰ ਆਉਣ ਦੇ ਰਹੀਆਂ ਹੋਰ ਗੱਲ ਹੈ ਪਰ ਮੈਂ ਤੁਹਾਨੂੰ ਦੱਸਦਾ ਵੀ ਮੰਤਰ ਇਹੀ ਹੈ ਤਿੰਨੇ ਹੀ ਲੈਵਲ ਜਦੋਂ ਬੈਲੈਂਸ ਹੋਣਗੇ ਸਰੀਰ ਮਨ ਤੇ ਆਤਮਾ ਉਨੀ ਦੇਰ ਗੱਲ ਨਹੀਂ ਬਣਨੀ ਜੀ ਹਮ ਬਿਲਕੁਲ ਬਿਲਕੁਲ ਬੜਾ ਵੱਡਾ ਵਿਰਸਾ ਪਿਆ ਆਪਣੇ ਕੋਲ ਦੀ ਬੜੀ ਤਾਕਤ ਹੁੰਦੀ ਹੈ ਮੈਂ ਤੁਹਾਨੂੰ ਦੱਸਦਾ ਜਦੋਂ ਜਾਗਦਾ ਹੈ ਨਾ ਬੰਦੇ ਦੇ ਅੰਦਰ ਉਹਦਾ ਵਿਰਸਾ ਹੀ ਜਾਗਦਾ ਹੈ ਜਾਂ ਚੇਤਨਾ ਜਾਗਦੀ ਹੈ ਤਾਂ ਇਹ ਤਾਂ ਕੁਝ ਵੀ ਨਹੀਂ ਐਵੇਂ ਇਹ ਤਾਂ ਜਿਵੇਂ ਆਪੋ ਸੁਖਨੇ 'ਚ ਨਹੀਂ ਹੁੰਦੇ ਸੱਪ ਮਗਰ ਪਿਆ ਹੋਇਆ ਅੱਗੇ ਖੂਹ ਆ ਜਾਂਦਾ ਹੈ ਸਾਹ ਨਿਕਲ ਰਿਹਾ ਹੁੰਦਾ ਸਰਟਨਲੀ ਜਾਗ ਆ ਜਾਂਦੀ ਉਹਦੇ ਦੇ ਨਾਲ ਖੂਹ ਹੈ ਤੇ ਨਾਲ ਸੱਪ ਹੈ ਹਮ ਇਹ ਭਰਮ ਹੀ ਹੈ ਇਹ ਟੁੱਟ ਜਾਣਾ ਕੋਈ ਅਸੀ ਗੱਲ ਨਹੀਂ ਹੈ ਜੀ ਬਿਲਕੁਲ ਬਿਲਕੁਲ ਸੋ ਡਾਕਟਰ ਬਿਲਕੁਲ ਸਹੀ ਫਰਮਾਇਆ ਤੁਸੀਂ ਕਿ ਜਦੋਂ ਕੋਈ ਐਦਾਂ ਦੀ ਗੱਲ ਹੁੰਦੀ ਹੈ ਇੰਤਹਾਬ ਹੀ ਹੁੰਦੀ ਹੈ ਸਮਾ ਵੀ ਅਖਰ ਬਦਲ ਲਈਏ ਬਿਲਕੁਲ ਬਿਲਕੁਲ ਤੇ ਕਈ ਵਾਰ ਤਾਂ ਇਹ ਵੀ ਲੱਗਦਾ ਹੁੰਦਾ ਕਿ ਆਹ ਭਾਵੇਂ دنیਵੀ ਪਦਰ ਦੇ ਉੱਪਰ ਟੈਂਪਰੇਰੀ ਫੇਸ ਹੀ ਹੁੰਦੇ ਨੇ ਆਹ ਸਮੇਂ-ਸਮੇਂ ਦੇ ਉੱਪਰ ਤੇ ਬਦਲ-ਬਦਲ ਕੇ ਆਉਂਦੇ ਰਹਿੰਦੇ ਨੇ ਹਾਂਜੀ ਉਹ ਖਤਮ ਹੋ ਜਾਂਦੇ ਨੇ ਤੇ ਮਨੁੱਖਤਾਗੇ ਵੱਧ ਜਾਂਦੀ ਹੈ ਬਿਲਕੁਲ ਬਿਲਕੁਲ ਸਭ ਕੁਝ ਸਿੱਖਦਾ ਬੰਦਾ ੱਲੇ ਵੀ ਮੁੜ ਕੇ ਸਭ ਸਿੱਖ ਕੇ ਫੇਰ ਸੌਣ ਸੌਣ ਦਾ ਕੰਮ ਆ ਜਾਂਦਾ ਫੇਰ ਭੁੱਲ ਜਾਂਦੇ ਨੇ ਫੇਰ ਉਹ ਜਿਹੀ ਸੰਸਥਾਵਾਂ ਉਹੀ ਲੁਟੇਰੀਆਂ ਬਣ ਜਾਂਦੀਆਂ ਨੇ ਫਿਰ ਫਿਰ ਉਹਨੂੰ ਤੋੜਨ ਦਾ ਸਮਾਂ ਆ ਜਾਂਦਾ ਏਦਾਂ ਹੀ ਹੈ ਚੇਤਨਾ ਦਾ ਵਿਕਾਸ ਹੈ ਜਿਹੜਾ ਇਹ ਸਾਈਕਲਿਕਲ ਹੈ ਤੇ ਡਾਇਲੈਕਟਿਕਲ ਹੈ ਏਦਾਂ ਹੀ ਹੁੰਦਾ ਹੈ ਇਹ ਹਮਮ ਹੋਰ ਕੋਈ ਰਸਤਾ ਹੈ ਨਹੀਂ ਮਤਲਬ ਤੁਸੀਂ ਦੇਖੋ ਨਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਬਟਰਫਲਾਈ ਹੈ ਜਿਹੜੀ ਉਹ ਕੋਕੂਨ ਚੋਂ ਨਿਕਲਦੀ ਹੈ ਕਾਟਰਪਿਲਰ ਦੇ ਵਿੱਚ ਕਾਟਰਪਿਲਰ ਕਿਤੇ ਸੋਚ ਸਕਦਾ ਵੀ ਚੋਂ ਬਟਰਫਲਾਈ ਨਿਕਲੋਗੀ ਉਹ ਕਿੰਨੀ ਸੋਹਣੀ ਉਹ ਚੋਂ ਨਿਕਲ ਕੇ ਛੱਡ ਤੁਰ ਜਾਂਦੀ ਹੈ ਉੱਡ ਕੇ ਉਹ ਸੋ ਟ੍ਰਾਂਸਫਰਮੇਸ਼ਨ ਜਦੋਂ ਵੀ ਹੋਣੀ ਹੈ ਕੌਂਸ਼ੀਅਸਨੈਸ ਦੀ ਹੋਵੇ ਮੇਂ ਹੀ ਹੋਣੀ ਹੈ ਕਿ ਪਿਛਲਾ ਜਿਹੜੀ ਗਲੀ ਸੜੀ ਕੌਂਸ਼ੀਅਸਨੈਸ ਹੈ ਉਹਨੂੰ ਅਸੀਂ ਛੱਡ ਦੇਣਾ ਹੈ ਉਹਦੇ ਚੋਂ ਹੀ ਅੱਗੇ ਜਾਗ ਪੈਂਦੀ ਆ ਉਹ ਵੀ ਜਦੋਂ ਹੀ ਨਿਕਲਦਾ ਜਦੋਂ ਉਹਦਾ ਖੋਲ ਟੁੱਟਦਾ ਹੈ ਸੋ ਸੋ ਕੋਈ ਗੱਲ ਨਹੀਂ ਉਹ ਸਮਾ ਆ ਗਿਆ ਸਾਰਾ ਸ਼ੁਭ ਹੋਊਗਾ ਇਸੇ ਗੱਲ ਨਹੀਂ ਪਰ ਇਹ ਵੀ ਪੋਜ਼ਿਟਿਵ ਰਹਿਣਾ ਚਾਹੀਦਾ ਹੈ ਪੋਜ਼ਿਟਿਵਲੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿੰਨੀ ਕੁ ਵੀ ਕੋਈ ਕਰ ਸਕਦਾ ਤੁਸੀਂ ਇਹ ਕਰ ਰਹੇ ਹੋ ਇਹਦੇ ਰਾਹੀਂ ਇਹ ਵੀ ਬਹੁਤ ਅੱਛੀ ਗੱਲ ਹੈ ਜੀ ਜੀ ਕਿਸਮ ਦਾ ਚੇਤਨਾ ਦਾ ਵਿਕਾਸ ਹੀ ਹੈ ਜਿਹੜੀ ਆਪਾਂ ਗੱਲ ਕਰ ਰਹੇ ਆ ਜੀ ਸੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਬਹੁਤ ਸੋਹਣੀ ਗੱਲਬਾਤ ਸ਼ੁਕਰੀਆ ਜੀ ਸ਼ੁਕਰੀਆ ਸਰੋਤਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਬਿਲਕੁਲ ਬਿਲਕੁਲ ਸੋ ਡਾਕਟਰ ਸਾਹਿਬ ਬਹੁਤ ਖੂਬ ਸਮਝਾਇਆ ਤੁਸੀਂ ਵੱਡੀਆਂ ਧਾਰਨਾ ਦੇ ਕੇ ਸਾਡੇ ਲੋਕ ਸਮਝਣ ਸੁਣਨ ਅਮਲ ਕਰਨ ਇਹਨਾਂ ਗੱਲਾਂ ਦੇ ਉੱਪਰ ਉਦੋਂ ਇਨਫਰ ਹਪਾ ਕਹਿ ਸਕਦੇ ਆ ਕਿ ਥੱਲ ਪੈ ਸਕਦੀ ਹੈ ਨਾ ਚੀਜ਼ਾਂ ਨੂੰ ਨਹੀਂ ਟੈਂਪਰੇਰੀ ਇਲਾਜ ਜਿਹੜੇ ਹੈਗੇ ਨੇ ਥੋੜੇ ਚਿਰ ਦੇ ਲਈ ਹੁੰਦੇ ਨੇ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਇਹ ਨਸ਼ਾ ਬੰਦ ਹੋ ਜਾਊਗਾ ਹੋਰ ਆ ਜਾਊਗਾ ਇਹ ਚੱਲਦੇ ਰਹਿੰਦੇ ਨੇ ਪਰ ਸਥਾਈ ਜਿਹੜੇ ਇਲਾਜ ਨੇ ਜੋ ਗੱਲਾਂ ਤੁਸੀਂ ਕੀਤੀਆਂ ਉਹਨਾਂ ਤੇ ਅਮਲ ਕਰਨਾ ਬੜਾ ਜ਼ਰੂਰੀ ਹੈ ਬਹੁਤ-ਬਹੁਤ ਸ਼ੁਕਰੀਆ ਡਾਕਟਰ ਸਾਹਿਬ ਧੰਨਵਾਦ ਤੁਹਾਡਾ ਓਕੇ ਜੀ ਓਕੇ ਜੀ ਥੈਂਕ ਯੂ